ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਜੀਤ ਸਿੰਘ ਡੀਗਨ ਅੱਜ ਸੰਗਤ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਖਾਸ ਪ੍ਰੋਗਰਾਮ ਪ੍ਰੈਜੈਂਟ ਕਰਨ ਜਾ ਰਿਹਾ। ਇਹ ਪ੍ਰੋਗਰਾਮ ਦੇ ਵਿੱਚ ਅਸੀਂ ਟੋਪਿਕ ਜਿਹੜਾ ਹੈ ਸਪੋਰਟਸ ਦੇ ਉੱਤੇ ਹੈ, ਅਤੇ ਖਾਸ ਕਰਕੇ ਜਿਹੜੀ ਹੋਕੀ ਦੀ ਸਪੋਰਟ ਹੈ ਉਹਦੇ 'ਤੇ ਕੁਛ ਡਿਸਕਸ਼ਨ ਹੋਣਗੇ। ਮੇਰੇ ਨਾਲ ਸਟੂਡੀਓ 'ਚ ਮਹਿਮਾਨ ਪਹੁੰਚ ਚੁੱਕੇ ਨੇ, ਬੜੇ ਖਾਸ ਮਹਿਮਾਨ ਨੇ, ਅਤੇ ਬਹੁਤ ਕੁਛ ਉਹਨਾਂ ਨੇ ਹੋਕੀ ਦੀ ਫੀਲਡ ਦੇ ਵਿੱਚ ਬਹੁਤ ਹੀ ਮੱਲਾਂ ਮਾਰੀਆਂ ਨੇ। ਮੇਰੇ ਨਾਲ ਹੈਗੇ ਨੇ ਅਵਤਾਰ ਸਿੰਘ ਸੋਹਲ, ਜੋ ਕਿ ਇੱਕ ਓਲੰਪੀਅਨ ਨੇ, ਹੋਕੀ ਓਲੰਪੀਅਨ ਨੇ, ਐਂਡ ਹੋਕੀ ਦੇ ਕੋਚ ਵੀ ਨੇ, FIH ਲੈਵਲ ਤੱਕ ਕੋਚਿੰਗ ਇਹਨਾਂ ਨੇ ਕੀਤੀ ਹੋਈ ਨੇ। ਮੇਰੇ ਨਾਲ ਸਟੇਜ ਸਟੂਡੀਓ ਦੇ ਵਿੱਚ ਅਜਮੇਰ ਸਿੰਘ ਮਥਾਰੂ ਔਰ ਅਜੈਬ ਸਿੰਘ ਮਥਾਰੂ, ਦੋਨੇ ਬ੍ਰਦਰਸ ਲੈਸਟਰ ਤੋਂ ਹਾਜ਼ਰ ਹਨ। ਇਹ ਵੀ ਹੋਕੀ ਦੇ ਕੋਚ ਰਹੇ ਨੇ, ਓਲੰਪੀਅਨ ਨੇ, ਅਤੇ ਇੱਥੇ ਪੁਲਿਸ ਦੇ ਵਿੱਚ ਸਰਵਿਸ ਕੀਤੀ ਨੇ, ਅਤੇ ਸਕੂਲਾਂ ਦੇ ਵਿੱਚ ਸਰਵਿਸ ਕੀਤੀ ਹੋਈ ਹੈ। ਸੋ ਅੱਜ ਦਾ ਮੇਨ ਟੋਪਿਕ ਜਿਹੜਾ ਹੈ ਹੋਕੀ 'ਤੇ, ਅਤੇ ਖਾਸ ਕਰਕੇ ਸਿੱਖਾਂ ਦੀ ਕੀ ਦੇਣ ਹੈ ਹੋਕੀ ਦੀ ਫੀਲਡ ਦੇ ਵਿੱਚ। ਕੁਛ ਥੋੜ੍ਹੇ ਜਿਹੇ ਮੈਂ ਸਟੈਟਿਸਟਿਕਸ ਪਹਿਲਾਂ ਆਪਣੇ ਜਿਹੜੇ ਵਿਊਜ਼ ਹੈ ਉਹਨਾਂ ਨਾਲ ਸਾਂਝੇ ਕਰਾਂਗਾ, ਐਂਡ ਦੈਨ ਵੀ ਵਿਲ ਗੋ ਔਨ ਟੂ ਸਮ ਮੋਰ ਡਿਸਕਸ਼ਨਸ ਅਬਾਊਟ ਅਵਤਾਰ ਸਿੰਘ ਸੋਹਲ ਹੋਣਾ ਦੀਆਂ ਅਚੀਵਮੈਂਟਸ, ਅਜਮੇਰ ਸਿੰਘ ਹੋਣਾ ਦੀਆਂ ਅਚੀਵਮੈਂਟਸ, ਅਤੇ ਅਜੈਬ ਸਿੰਘ ਹੋਣਾ ਦੇ ਕੰਟਰੀਬਿਊਸ਼ਨਸ ਟੂਵਰਡਸ ਹੋਕੀ ਕਮਿਊਨਿਟੀ। ਸਿੱਖੀ ਨੂੰ ਕਾਇਮ ਰੱਖਦੇ ਹੋਏ ਇਹਨਾਂ ਨੇ ਹੋਕੀ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ, ਅਤੇ ਇੱਕ ਤਰ੍ਹਾਂ ਦਾ ਓਨਰ ਕਹਿ ਲਓ ਕਿ ਜਿਹੜਾ ਕਮਿਊਨਿਟੀ ਨੂੰ ਬਿਸਟੋ ਕੀਤਾ ਹੈ। ਸਿੱਖਾਂ ਦੇ ਥੋੜ੍ਹੇ ਜਿਹੇ ਸਟੈਟਿਸਟਿਕਸ, ਸਿੱਖਸ ਹੋਕੀ 'ਚ 1928 ਤੋਂ ਲੈ ਕੇ ਓਲੰਪਿਕਸ ਦੇ ਵਿੱਚ ਅੱਜ ਤੱਕ 137 ਸਿੱਖ ਹੋਕੀ ਖੇਡ ਚੁੱਕੇ ਨੇ। 1972 ਦੀ ਜਿਹੜੀ ਓਲੰਪਿਕਸ ਬਰਲਿਨ 'ਚ ਹੋਈ ਹੈ ਉਹਦੇ 'ਚ 30 ਸਿੱਖ ਖੇਡੇ ਨੇ, ਰੈਪ੍ਰਜੈਂਟਿੰਗ 4 ਕੰਟਰੀਜ਼, ਇੰਡੀਆ, ਕੇਨੀਆ, ਯੁਗਾਂਡਾ ਅਤੇ ਮਲੇਸ਼ੀਆ। ਇੰਡੀਆ ਵਰਸਿਸ ਕੇਨੀਆ ਦੀ ਜਿਹੜੀ ਮੈਚ ਹੋਈ ਹੈ ਉਹ ਓਲੰਪਿਕਸ ਦੇ ਵਿੱਚ, ਉਹਦੇ 'ਚ 15 ਸਿੱਖ ਖੇਡ ਰਹੇ ਸੀ, 10 ਸਿੱਖ ਕੇਨੀਆ ਦੀ ਟੀਮ ਵੱਲੋਂ ਸੀ ਅਤੇ 5 ਸਿੱਖ ਇੰਡੀਆ ਦੀ ਟੀਮ ਵੱਲੋਂ ਸੀ। ਕਈ ਦੇਖਣ ਵਾਲੇ ਤਾਂ ਕਹਿੰਦੇ ਸੀ ਕਿ ਇੰਡੀਆ ਕਿਹੜੀ ਹੈ ਅਤੇ ਕੇਨੀਆ ਕਿਹੜੀ ਹੈ। ਸੋ ਉਸ ਉਹ ਮੈਚ ਦਾ ਸਕੋਰ 3-2 ਸਕੋਰ ਹੋਇਆ, ਇੰਡੀਆ ਜਿੱਤੀ ਹੈ 3-2 'ਤੇ। 5 ਗੋਲ ਸਿੱਖਾਂ ਨੇ ਕੀਤੇ ਨੇ, ਅਤੇ ਦੋਨਾਂ ਟੀਮਾਂ ਦੇ ਕੈਪਟਨ ਵੀ ਸਿੱਖ ਹੀ ਸੀ, ਇੰਡੀਆ ਦਾ ਕੈਪਟਨ ਹਰਮੀਤ ਸਿੰਘ ਸੀ ਅਤੇ ਕੇਨੀਆ ਦਾ ਕੈਪਟਨ ਅਵਤਾਰ ਸਿੰਘ ਸੋਹਲ ਹੋਣੀ। ਸੋ ਉਹ ਓਲੰਪਿਕਸ 'ਚ ਸਿੱਖਾਂ ਨੇ 35 ਗੋਲ ਕੀਤੇ ਨੇ ਸਾਰੇ ਟੂਰਨਾਮੈਂਟ ਵਿੱਚ। ਉਹ ਤਾਂ ਹੋ ਗਈ ਚਲੋ ਸਿੱਖਾਂ ਦੀ ਇੰਡੀਵਿਜੁਅਲ ਜਿਹੜੀ ਸਿੱਖ ਕਮਿਊਨਿਟੀ ਦੀ ਦੇਣ ਹੋਕੀ ਦੀ ਕੰਟਰੀਬਿਊਸ਼ਨ ਓਲੰਪਿਕ ਲੈਵਲ 'ਤੇ, ਵਰਲਡ ਲੈਵਲ 'ਤੇ। ਹੁਣ ਮੈਂ ਥੋੜ੍ਹਾ ਜਿਹਾ ਇੰਟਰੋਡਕਸ਼ਨ ਦੇਵਾਂਗਾ ਅਵਤਾਰ ਸਿੰਘ ਸੋਹਲ ਹੋਣਾ ਬਾਰੇ। ਇਹਨਾਂ ਨੇ 4 ਓਲੰਪਿਕ ਗੇਮਸ ਖੇਡੀਆਂ ਨੇ, 1960 ਦੀ ਰੋਮ ਤੋਂ ਲੈ ਕੇ 64 ਦੀ ਟੋਕੀਓ 'ਚ, 68 ਮੈਕਸੀਕੋ ਅਤੇ 72 ਮਿਊਨਿਕ ਦੇ ਵਿੱਚ। 4 ਓਲੰਪਿਕਸ ਐਜ਼ ਅ ਪਲੇਅਰ ਖੇਡੇ ਨੇ, ਅਤੇ ਮਗਰਲੀਆਂ 3 ਓਲੰਪਿਕਸ ਐਜ਼ ਅ ਕੈਪਟਨ। ਇੱਕ ਵਰਲਡ ਕੱਪ ਖੇਡਿਆ, ਫਸਟ ਵਰਲਡ ਕੱਪ ਜਿਹੜਾ 1971 ਦਾ ਬਾਰਸਲੋਨਾ 'ਚ ਹੋਇਆ ਉਹ ਵੀ ਕੈਪਟਨ ਕੀਤਾ। ਇੱਕ ਓਲੰਪਿਕ ਗੇਮ ਜਿਹੜੀ 1984 ਦੀ ਲੋਸ ਐਂਜਲਿਸ ਦੀ ਓਲੰਪਿਕ ਗੇਮਸ, ਉਹਨਾਂ 'ਚ ਇਹ ਕੋਚ ਰਹੇ ਨੇ। ਗਿਨੀਸ ਵਰਲਡ ਬੁੱਕ ਆਫ ਰੈਕੋਰਡਸ 'ਚ ਇਹਨਾਂ ਦਾ ਮੋਸਟ ਇੰਟਰਨੈਸ਼ਨਲ ਅਪੀਅਰੈਂਸਿਸ ਦਾ ਰੈਕੋਰਡ ਵੀ ਰਿਹਾ ਆ, 167 ਇੰਟਰਨੈਸ਼ਨਲਸ। FIH ਦੇ ਕਈ ਅਵਾਰਡ ਇਹਨਾਂ ਨੂੰ ਮਿਲੇ ਨੇ, ਅਤੇ ਹੁਣ ਪਿਛਲੇ ਹਫ਼ਤੇ ਇਹਨਾਂ ਨੂੰ ਵਰਲਡ ਸਿੱਖ ਅਵਾਰਡਸ 'ਚ ਇੱਕ ਸਪੋਰਟਸ ਕੈਟੇਗਰੀ 'ਚ ਅਵਾਰਡ ਇਹਨਾਂ ਨੇ ਵਿਨ ਕੀਤਾ। ਉਹ ਅਵਾਰਡ ਆਪਣੇ ਕੋਲ ਇੱਥੇ ਨਾਲ ਲੈ ਕੇ ਆਏ ਨੇ, ਅਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਦਿਖਾ ਦਵਾਂ। ਅਤੇ ਹੁਣ ਮੈਂ ਅਵਤਾਰ ਸਿੰਘ ਸੋਹਲ ਨੂੰ ਪੁੱਛਾਂ ਕਿ ਇਹ ਜਿਹੜਾ ਹੁਣ ਲੇਟੈਸਟ ਅਵਾਰਡ ਇਹਨਾਂ ਨੇ ਹਾਸਿਲ ਕੀਤਾ ਹੈ ਉਹਦੇ ਬਾਰੇ ਕਿਸ ਤਰ੍ਹਾਂ ਇਹ ਫੀਲ ਕਰ ਰਹੇ ਨੇ ਅਤੇ ਕੀ ਮਹਿਸੂਸ ਕਰ ਰਹੇ ਨੇ? ਥੈਂਕ ਯੂ ਮਨਜੀਤ, ਆਈ ਐਮ ਰੀਅਲੀ ਵੈਰੀ ਹੈਪੀ ਦੈਟ ਆਈ ਗੋਟ ਓਨਰਡ ਬਾਈ ਦ ਵਰਲਡ ਸਿੱਖ ਔਰਗਨਾਈਜੇਸ਼ਨ। ਇਹ ਮੈਨੂੰ ਕਾਫੀ ਫਖਰ ਨਾਲ ਕਹਿਣਾ ਪੈਂਦਾ ਹੈ ਕਿ ਇਹ ਜਿਹੜੀ ਟਰੋਫੀ ਮੈਨੂੰ ਮਿਲੀ ਹੈ ਆਪਣੀ ਸਿੱਖ ਕਮਿਊਨਿਟੀ ਤੋਂ ਮਿਲੀ ਹੈ, ਐਂਡ ਆਈ ਰੀਅਲੀ ਐਪਰੀਸ਼ੀਏਟ ਦ ਓਨਰ। ਹੁਣ ਮੈਂ ਅਜੈਬ ਸਿੰਘ ਹੋਣਾ ਨੂੰ ਅਤੇ ਜਮੇਰ ਸਿੰਘ ਹੋਣਾ ਨੂੰ ਥੋੜ੍ਹਾ ਜਿਹਾ ਤਾਰੀ ਹੋਣਾ ਬਾਰੇ, ਕਿਉਂਕਿ ਇਹ ਇਕੱਠੇ ਖੇਡਦੇ ਰਹੇ ਨੇ ਆਪਦੇ ਟਾਈਮ 'ਚ, ਸੋ ਇਹਨਾਂ ਨੂੰ ਮੈਂ ਥੋੜ੍ਹਾ ਜਿਹਾ ਪੁੱਛਾਂਗਾ ਕਿ ਅਵਤਾਰ ਸਿੰਘ ਸੋਹਲ, ਜਿਨ੍ਹਾਂ ਨੂੰ ਪਿਆਰ ਦੇ ਨਾਲ ਸਾਰੇ ਤਾਰੀ ਕਹਿੰਦੇ ਨੇ, ਕਿ ਇਹਨਾਂ ਦੀ ਹੋਕੀ ਸਟਾਈਲ ਜਾਂ ਹੋਕੀ ਖੇਡਣ ਦੇ ਦਿਨ ਉਹਦੇ ਬਾਰੇ ਥੋੜ੍ਹਾ ਜਿਹਾ ਆਪਣੇ ਨਾਲ ਇਹਨਾਂ ਦੇ ਜਿਹੜੇ ਵਿਚਾਰ ਸਾਂਝੇ ਕਰਨ, ਸ਼ੇਅਰ ਕਰਨ ਕਿ ਕਿਹੋ ਜਿਹੇ ਪਲੇਅਰ ਸੀ ਅਤੇ ਕਿਹੋ ਜਿਹਾ ਇਹਨਾਂ ਦਾ ਪ੍ਰੈਜੈਂਸ ਸੀਗਾ ਅਤੇ ਇਹਨਾਂ ਦੇ ਆਪਸ ਵਿੱਚ ਕਿਹੋ ਜਿਹੇ ਟਾਈਮ ਲੰਘੇ ਨੇ। ਅਵਤਾਰ ਕੇਨੀ ਦਾ ਕੈਪਟਨ ਹੁੰਦਾ ਸੀ, ਅਤੇ ਅਸੀਂ ਐਵਰੀ ਈਅਰ ਵੀ ਹੈਡ ਇੰਟਰ ਟੈਰੀਟੋਰੀਅਲ ਮੈਚਿਸ
ਐਂਡ ਅਸੀਂ ਯੂਗਾਂਡਾ ਦੀ ਟੀਮ ਦਾ ਮੈਂ ਯੂਗਾਂਡਾ ਦੀ ਟੀਮ ਦਾ ਕੈਪਟਨ ਹੁੰਦਾ ਸੀ ਅਵਤਾਰ ਉਹਨਾਂ ਦੀ ਟੀਮ ਦੇ ਨਾਲ ਅਗੇਂਸਟ ਅਸੀਂ ਕਾਫੀ ਦਫ਼ਾ ਖੇਲੇ ਹਾਂ ਅਵਤਾਰ ਵਾਜ ਵਨ ਆਫ ਦਾ ਬੈਸਟ ਫੁੱਲ ਬੈਕਸ ਆਈ ਹੈਡ ਐਵਰ ਸੀਨ ਐਂਡ ਹੀ ਵਾਜ ਦ ਮੇਨ ਸਰਵ ਰੀਜ਼ਨ ਵਾਈ ਕੇਨੀਆ ਯੂਜ਼ ਟੂ ਬੀਟ ਅਸ ਦ ਰੀਜ਼ਨ ਵਾਈ ਆਮ ਸੇਇੰਗ ਇਜ਼ ਬਿਕੋਜ਼ ਹੀ ਵਾਜ਼ ਵੈਰੀ ਗੁੱਡ ਐਟ ਟੇਕਿੰਗ ਪੈਨਲਟੀ ਕੋਰਨਰਸ ਐਂਡ ਐਵਰੀ ਕੋਰਨਰ ਹੀ ਸਕੋਰਡ ਅਗੇਂਸਟ ਅਸ ਬਟ ਅਸੀਂ ਹਮੇਸ਼ਾ ਇਹਨਾਂ ਨੂੰ ਕਾਫੀ ਟਫ ਟਾਈਮ ਦਿੰਦੇ ਸੀ ਪਰ ਜਦੋਂ ਵੀ ਕੋਰਨਰ ਮਿਲਦਾ ਸੀ ਅਵਤਾਰ ਸਿੰਘ ਕੋਰਨਰ ਦੇ ਵਿੱਚ ਗੋਲ ਕਰ ਜਾਂਦੇ ਸੀ ਉਹ ਵੀ ਡਿਫੈਂਸ ਹੀ ਵਾਜ਼ ਵੈਰੀ ਗੁੱਡ ਹੀ ਇਹਨਾਂ ਦੀ ਟੀਮ ਸਾਰੀ ਕੇਨੀਆ ਟੀਮ ਵਾਜ਼ ਐਕਸਲੈਂਟ ਦੇ ਵਰ ਐਕਸਪਰਟ ਦੇ ਵਰ ਲੋਟ ਆਫ ਐਕਸਪੀਰੀਅੰਸ ਵੀ ਡਿਡਨਟ ਹੈਵ ਮੱਚ ਐਕਸਪੀਰੀਅੰਸ ਬਟ ਵੀ ਪਲੇਡ ਰੀਅਲੀ ਵੈਲ ਅਗੇਂਸਟ ਦੈਮ ਜਿਸ ਤਰ੍ਹਾਂ ਅਜਾਬ ਸਿੰਘ ਨੇ ਕਿਹਾ ਆਈ ਕੈ ਐਗਰੀ ਵਿਦ ਹਿਮ ਔਨ ਆਲ ਦਾ ਪੁਆਇੰਟਸ ਦ ਮੋਸਟ ਇੰਪੋਰਟੈਂਟ ਥਿੰਗ ਵੈਨ ਆਈ ਟੋਕ ਟੂ ਅਵਤਾਰ ਸਿੰਘ ਅਰਲੀ ਰਾਊਂਡ ਵਾਜ ਹਿਜ਼ ਓਨ ਇਨੀਸ਼ੀਏਟਿਵ ਹਿਜ਼ ਓਨ ਇੰਟਰਸਟ ਟੂ ਬਿਲਡ ਹਿਮਸੈਲਫ ਐਂਡ ਦੀ ਟੀਮ ਐਸ ਵੈਲ ਵਰਕ ਟੂਗੈਦਰ ਟਵਾਈਸ ਏ ਡੇ ਇੱਕ ਦਿਨ 'ਚ ਦੋ ਦਫ਼ਾ ਇਹ ਆਪਣੀ ਫਿਜ਼ੀਕਲ ਟ੍ਰੇਨਿੰਗ ਕਰਦੇ ਸੀ ਸੁਬਾਹ ਉੱਠ ਕੇ ਜਾਣ ਕੇ ਭੱਜ ਪੂਜ ਕੇ ਆਉਣਾ ਸ਼ਾਮ ਨੂੰ ਨਾਲੇ ਕੋਚਿਸ ਦੇ ਨਾਲ ਗੱਲਬਾਤ ਕਰਨੀ ਨਾਲੇ ਟੈਕਨੀਕਲ ਚੀਜ਼ਾਂ ਉੱਥੋਂ ਸਿੱਖਣੀਆਂ ਜਾਣੀ ਜਿਹਨਾਂ ਦਾ ਕਈ ਦਫ਼ਾ ਹੁੰਦਾ ਕਿ ਆਦਮੀ ਇੰਟਰਸਟਡ ਹੁੰਦਾ ਲੇਕਿਨ ਉਹਨੂੰ ਪਤਾ ਨਹੀਂ ਮੈਂ ਕੀ ਕਰਨਾ ਪਰ ਇਹਨਾਂ ਦਾ ਜਿਹੜਾ ਇੰਟਰਸਟ ਸੀ ਜਿਹੜੇ ਸੀਨੀਅਰ ਮੈਂਬਰ ਸੀ ਔਰ ਕਮਿਊਨਿਟੀ ਦੇ ਮੈਂਬਰ ਸੀ ਉਹਨਾਂ ਨਾਲ ਕੋਪਰੇਟ ਕਰਕੇ ਔਰ ਇੰਨੇ ਅੱਛੇ ਢੰਗ ਦੇ ਨਾਲ ਕਮਿਊਨਿਟੀ ਨੂੰ ਇਕੱਠਾ ਕਰ ਲਿਆ ਸਾਰੀ ਕਮਿਊਨਿਟੀ ਦੇ ਆਦਮੀ ਐਵਰੀਬਡੀ ਵਿਲ ਕਮ ਟੂ ਸੀ ਏ ਮੈਚ ਜਿੱਥੇ ਸਿੱਖ ਯੂਨੀਅਨ ਖੇਡ ਰਹੀ ਹੈ ਸਿੱਖ ਯੂਨੀਅਨ ਕਲੱਬ ਬਣਾ ਲਈ ਜਿੱਥੇ ਬੈਠ ਸਕਦੇ ਨੇ ਗੱਲਬਾਤ ਕਰ ਸਕਦੇ ਨੇ ਆਪਾਂ ਹੁਣ ਗੁਰਦੁਆਰੇ ਬਹੁਤ ਬਣਨੇ ਹੈ ਉਹ ਬਿਲਕੁਲ ਬਣਨੇ ਚਾਹੀਦੇ ਆ ਮਹਾਰਾਜ ਦਾ ਨਾਂ ਤਾਂ ਉੱਥੇ ਹੋਣਾ ਚਾਹੀਦਾ ਲੇਕਿਨ ਕੋਈ ਕਲੱਬ ਦੀ ਗੱਲ ਹੀ ਨਹੀਂ ਕਰਦਾ ਕਿ ਜਿੱਥੇ ਬੱਚੇ ਆ ਕੇ ਇਕੱਠੇ ਹੋ ਕੇ ਫਿਜ਼ੀਕਲ ਟ੍ਰੇਨਿੰਗ ਕਰਕੇ ਫਿਜ਼ੀਕਲੀ ਸਟਰੋਂਗ ਹੋਣ ਔਰ ਆਪਣਾ ਉੱਥੇ ਵੀ ਟ੍ਰੇਨਿੰਗ ਇਸ ਤਰ੍ਹਾਂ ਦੀ ਹੋਵੇ ਉਹ ਗੁਰਬਾਣੀ ਨੂੰ ਤਾਂ ਨਾਲ ਹੀ ਰੱਖਣਾ ਆਲ ਦਾ ਟਾਈਮ ਕਿਉਂਕਿ ਪਹਿਲਾਂ ਵੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਗੁਰਬਾਣੀ ਹੈ ਜਿਹੜੀ ਆ ਉਹ ਸਾਨੂੰ ਹੈਲਪ ਕਰਦੀ ਹੈ ਇਹਦੇ ਵਿੱਚ ਅਵਤਾਰ ਦੇ ਵਿੱਚ ਦੋਵੇਂ ਚੀਜ਼ਾਂ ਸੀ ਇਹਨਾਂ ਦੇ ਪੇਰੈਂਟਸ ਤੋਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੇ ਪਿੱਕ ਕੀਤੀਆਂ ਇਹਨਾਂ ਦੇ ਪੇਰੈਂਟਸ ਨੇ ਇਨਕਰੇਜ ਕੀਤਾ ਅਤੇ ਬਾਕੀ ਕਮਿਊਨਿਟੀ ਦੇ ਨਾਲ ਹੀ ਡਿਡ ਐਕਸਲੈਂਟ ਜੋਬ ਫੋਰ ਨੋਟ ਫੋਰ ਹਿਮਸੈਲਫ ਓਨਲੀ ਐਂਡ ਦ ਮੈਂਬਰਸ ਆਫ ਹਿਸ ਫੈਮਿਲੀ ਬਟ ਆਲਸੋ ਫੋਰ ਦ ਕਮਿਊਨਿਟੀ ਐਂਡ ਫੋਰ ਆਲ ਦਾ ਰੋਲ ਮਾਡਲ ਅਵਤਾਰ ਸਿੰਘ ਹੈਗੇ ਯਾਨੀ ਕਿਸੇ ਬੱਚਿਆਂ ਨੂੰ ਦੇਖ ਕੇ ਇਹਨਾਂ ਦੀ ਸਟਾਈਲ 'ਤੇ ਸਾਰਿਆਂ ਨੂੰ ਉਤਸ਼ਾਹ ਪਿੱਕ ਕਰਕੇ ਔਰ ਇਸ ਤਰ੍ਹਾਂ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਨਾਂ ਚਮਕਾ ਸਕਣ ਜਿਸ ਤਰ੍ਹਾਂ ਤੁਸੀਂ ਸੁਣ ਰਹੇ ਹੋ ਕਿ ਅਵਤਾਰ ਸਿੰਘ ਸੋਹਲ ਇੱਕ ਲੈਫਟ ਫੁੱਲਬੈਕ ਦੀ ਪੋਜੀਸ਼ਨ ਖੇਡਦੇ ਸੀ ਬੜੇ ਹੀ ਡੋਮੀਨੇਟਿੰਗ ਫੁੱਲਬੈਕ ਸੀ ਬੜੇ ਵੋਕਲ ਸੀ ਅਤੇ ਕਹਿਣ ਵਾਲੇ ਦੱਸਦੇ ਨੇ ਕਿ ਕਈ ਪਲੇਅਰ ਤਾਂ ਜਿਹੜੇ ਥੋੜ੍ਹੇ ਕਮਜ਼ੋਰ ਪਲੇਅਰ ਹੁੰਦੇ ਸੀ ਅਤੇ ਉਹ ਤਾਂ ਇਹਨਾਂ ਦੀ ਆਵਾਜ਼ ਤੋਂ ਹੀ ਡਰ ਜਾਂਦੇ ਸੀ ਅਤੇ ਬੜਾ ਇਹਨਾਂ ਦਾ ਪ੍ਰੈਜੈਂਸ ਹੁੰਦਾ ਸੀ ਬੜਾ ਇੱਕ ਡਿਸਿਪਲਿਨ ਸੀ ਅਤੇ ਬੜਾ ਹੀ ਇਹਨਾਂ ਦਾ ਇੱਕ ਸਟ੍ਰੈਨਿਅਸ ਟ੍ਰੇਨਿੰਗ ਰਜੀਮ ਸੀ ਸੋ ਹੁਣ ਮੈਂ ਅਵਤਾਰ ਭਾਅ ਜੀ ਨੂੰ ਪੁੱਛਾਂਗਾ ਇੱਕ ਸਵਾਲ ਕਿ ਇਹ ਜਿਹੜੀ ਹੋਕੀ ਦੀ ਲਗਨ ਇਹ ਤੁਹਾਨੂੰ ਕਿੱਥੋਂ ਦੀ ਲੱਗੀ ਹੈ ਅਤੇ ਤੁਹਾਡੀ ਇੰਸਪੀਰੇਸ਼ਨ ਕੀ ਸੀ ਬਿਹਾਈਂਡ ਯੋਰ ਸਕਸੈਸ ਹਾਂਜੀ ਮੈਂ ਅੱਗੇ ਵੀ ਮੈਂਸ਼ਨ ਕਰ ਚੁੱਕਿਆ ਸਾਡੇ ਟਾਈਮ 'ਤੇ ਜਿਹੜੀ ਹੋਕੀ ਸੀ ਪ੍ਰਾਇਮਰੀ ਸਕੂਲ 'ਚ ਵੀ ਹੋਕੀ ਹੁੰਦੀ ਸੀ ਸਾਡੀਆਂ ਬੇਸਿਕਸ ਜਿਹੜੀਆਂ ਸੀ ਅਸੀਂ ਪ੍ਰਾਇਮਰੀ ਸਕੂਲ 'ਚੋਂ ਲਰਨ ਕੀਤੀਆਂ ਫਿਰ ਸਾਡੇ 1948 'ਚ ਜਿਹੜੀ ਫਸਟ ਟੀਮ ਇੰਡੀਆ ਦੀ ਆਈ ਸੀ ਮਿਸਟਰ ਮਾਨ ਸਿੰਘ ਜਿਹੜੇ ਸਾਡੇ ਕੋਚ ਸੀ ਉਹਨਾਂ ਨੇ ਇੰਟਰੋਡਿਊਸ ਕੀਤੀ ਸੀ ਅਸੀਂ ਜਦੋਂ ਉਹਨਾਂ ਦੇ ਨਾਲ ਟੈਸਟ ਗੇਮ ਹੋਏ ਅਸੀਂ ਬੜੇ ਛੋਟੇ ਹੁੰਦੇ ਸੀ ਉਹਨਾਂ ਨੂੰ ਜੋ ਵਾਚ ਕੀਤੇ ਆ ਮੈਚ ਵਗੈਰਾ ਉਹਦੇ ਵਿੱਚ ਉਹਨਾਂ ਦਾ ਡ੍ਰਿਬਲਿੰਗ ਸਕਿੱਲ ਹੋਰ ਚੀਜ਼ਾਂ ਦੇਖ ਕੇ ਉਹ ਕਾਫੀ ਮਤਲਬ ਮੈਜੀਕਲ ਲੱਗਦਾ ਸੀ ਕਿ ਇਟ ਇਜ਼ ਸਮਥਿੰਗ ਵਿਚ ਹੈਜ਼ ਨੋਟ ਹੈਪਨਡ ਇਨ ਕੀਨੀਆ ਤਾਂ ਸਾਡੇ ਜਿਹੜੇ ਪਲੇਅਰ ਸੀਗੇ ਔਲਸੋ ਪਹਿਲੀਆਂ ਦੋ ਤਿੰਨ ਗੇਮਾਂ ਹਾਰੇ ਪਰ ਉਹ ਬਾਅਦ ਦੇ ਵਿੱਚ ਉਹਨਾਂ ਨੇ ਵੀ ਕਾਫੀ ਇੰਪਰੂਵ ਕੀਤਾ ਹੁਣ 'ਚ ਸੁਰਜੀਤ ਸਿੰਘ ਸੀਨੀਅਰ ਡਿਓਲ ਸੀਗੇ ਹੀ ਵਾਜ਼ ਸੈਂਟਰ ਹਾਫ ਤਾਂ ਫਿਰ ਜਦੋਂ ਉਹਨਾਂ ਨੂੰ ਵੀ ਦੇਖੇ ਕਿ ਅਸੀਂ ਦੇਖਿਆ ਕਿ ਵਾਕਈ ਸਟਰੈਂਥ ਬਾਈ ਸਟਰੈਂਥ ਐਵਰੀ ਗੇਮ ਉਹ ਵੀ ਇੰਪਰੂਵ ਕਰ ਰਿਹਾ ਐਂਡ ਦੇ ਇੰਪਰੂਵ ਸੋ ਵੈਲ ਕਿ ਇੱਕ ਟਾਈਮ ਆ ਗਿਆ ਸੀ ਜਦੋਂ ਲਾਸਟ ਗੇਮਾਂ ਹੋ ਰਹੀਆਂ ਸੀਆਂ ਦੇ ਸਿਲੈਕਟਿਡ ਈਸਟ ਅਫਰੀਕਾ 11 ਉਹਦੇ ਵਿੱਚ 5-6 ਪਲੇਅਰ ਸਾਡੇ ਸਿੱਖ ਯੂਨੀਅਨ ਕਲੱਬ 'ਚੋਂ ਸੀਗੇ ਸਿੱਖ ਸੀਗੇ ਔਰ ਇੰਡੀਆ ਦੇ ਜਿਹੜੇ ਕੋਚ ਸੀਗੇ ਕੈਪਟਨ ਸੀਗੇ ਦੇ ਸੈਟ ਕਿ ਇਹ ਮੁੰਡੇ ਇੰਨੇ ਅੱਛੇ ਹੈ ਕਿ ਅਸੀਂ ਇਹਨਾਂ ਨੂੰ ਜੇ ਟ੍ਰੇਨਿੰਗ ਕਰਾਈਏ ਤਾਂ ਦੇ ਕੈਨ ਬੀ ਐਜ਼ ਗੁੱਡ ਐਜ਼ ਇੰਡੀਅਨ ਪਲੇਅਰਸ ਤਾਂ ਫਿਰ ਉਹਨਾਂ ਨੂੰ ਦੇਖ ਕੇ ਫਿਰ ਅਸੀਂ ਜਦੋਂ ਦੇਖਿਆ ਕਿ ਮੰਨਾ ਸਿੰਘ ਕਿੱਦਾਂ ਡ੍ਰਿਬਲ ਕਰਦਾ ਹੈ ਬਾਕੀ ਦੂਸਰੇ ਆਪਣੇ ਬਲਬੀਰ ਸਿੰਘ ਹੁੰਦੇ ਸੀ ਬਾਕੀ ਗੁਰਬਚਨ ਸਿੰਘ ਸੀਗੇ ਮਤਲਬ ਇਹ ਸਾਰੇ ਪਲੇਅਰਾਂ ਨੂੰ ਦੇਖ ਕੇ
ਫਿਰ ਅਸੀਂ ਵੀ ਇਹ ਬਾਲ ਚੱਕ ਕੇ ਗਰਾਊਂਡ ਦੇ ਵਿੱਚ ਜਾਂ ਵਿਹੜੇ ਦੇ ਵਿੱਚ ਲੱਗੇ ਰਹਿਣਾ ਉਹਦੇ ਨਾਲ ਕਿ ਮੰਨਾ ਸਿੰਘ ਵਾਂਗ ਡ੍ਰਿਬਲ ਕਰਨਾ ਇਹ ਉਹ ਤਾਂ ਉਹ ਕਾਫੀ ਮਤਲਬ ਇੰਟਰਸਟਿੰਗ ਹੋ ਗਿਆ। ਤਾਂ ਫਿਰ ਇਮੀਡੀਏਟਲੀ ਜਦੋਂ ਅਸੀਂ ਮੈਂ ਸਕੂਲ ਦੇ ਵਿੱਚ ਹੀ ਸੀਗਾ ਦੈਨ ਸਾਡੇ ਦੋ ਫੁੱਲ ਬੈਕ ਜਿਹੜੇ ਸੀਗੇ ਉਹ ਬਿਕੋਜ਼ ਆਫ ਏਜ ਦੇ ਵਰ ਰਿਟਾਇਰਿੰਗ ਤਾਂ ਉਹਨਾਂ ਨੇ ਫਿਰ ਸੁਜੀਤ ਦਿਓਲ ਜਿਹੜਾ ਸੀਗਾ ਉਹਨਾਂ ਨੇ ਮੈਨੂੰ ਸਕੂਲ 'ਚ ਖੇਡਦੇ ਦੇਖਿਆ ਫਿਰ ਉਹਨਾਂ ਨੇ ਕਿਹਾ ਕਿ ਇਹਨੂੰ ਰਿਕਰੂਟ ਕਰੀ ਆਪਣੀ ਟੀਮ 'ਚ ਤਾਂ ਸੋ ਆਈ ਵਾਜ਼ ਵੈਰੀ ਯੰਗ ਸ਼ਾਈ ਐਂਡ ਆਲ ਦੈਟ ਬਟ ਉਹਨਾਂ ਨੇ ਕਾਫੀ ਮੈਨੂੰ ਇੰਸਪਾਇਰ ਕੀਤਾ ਉਹਨਾਂ ਨੇ ਐਕਚੁਲੀ ਇੰਟਰੋਡਿਊਸ ਮੀ ਮਾਈ ਫਿਜ਼ੀਕਲ ਟ੍ਰੇਨਿੰਗ ਇਨ ਦਾ ਮੋਰਨਿੰਗ ਕਿਉਂ ਮੇਰੇ ਘਰ ਦੇ ਨਜ਼ਦੀਕ ਰਹਿੰਦੇ ਸੀਗੇ ਤਾਂ ਦੈਟ ਹੈਲਪ ਮੀ ਅਲੋਟ ਉਹਨਾਂ ਨੇ ਪ੍ਰੋਪਰ ਟ੍ਰੇਨਿੰਗ ਮਤਲਬ ਫਿਜ਼ੀਕਲ ਐਂਡ ਆਲ ਦੈਟ ਫਿਰ ਉਹਨਾਂ ਨੇ ਕਿਹਾ ਕਿ ਤੇਰੀਆਂ ਹਿੱਟਾਂ ਇੰਪਰੂਵ ਕਰਨੀਆਂ ਤੇਰੀ ਹਾਈਟ ਹੈ ਫਿਰ ਆਈ ਯੂਜ਼ ਟੂ ਟੇਕ ਮੋਰਨਿੰਗ ਹਿੱਟਸ ਇਨ ਦਾ ਮੋਰਨਿੰਗ ਮਤਲਬ ਟ੍ਰੇਨਿੰਗ ਦੇ ਬਾਅਦ ਦੈਟ ਆਲਸੋ ਹੈਲਪ ਮੀ ਅਲੋਟ ਐਂਡ ਦੈਨ ਸਟਾਰਟ ਟੇਕਿੰਗ ਪੈਂਟੀ ਕੋਰਨਰਸ ਤਾਂ ਮਤਲਬ ਸਾਡੇ ਪਲੇਅਰ ਜਿਹੜੇ ਸੀਗੇ ਉਹਨਾਂ 'ਚ ਵੀ ਕਾਫੀ ਇੰਟਰਸਟ ਸੀਗਾ ਔਰ ਸਿੱਖ ਯੂਨੀਅਨ ਪਲੇਅਰ ਦੇ ਵਿੱਚ ਤੁਸੀਂ ਨੋਟ ਕਰਨਾ 56 ਓਲੰਪਿਕ 60 ਜਿਹੜੀਆਂ ਵੀ ਓਲੰਪਿਕਸ ਹੋਈਆਂ ਸਾਡੀ ਮਜੋਰਿਟੀ ਹੁੰਦੀ ਸੀ ਇਨ ਦਾ ਕੀਨੀਆ ਟੀਮ ਐਂਡ ਦਿਸ ਥਿੰਗ ਕੇਮ ਮਤਲਬ ਸਾਡੇ ਜਿਹੜੇ ਸੀਨੀਅਰ ਪਲੇਅਰ ਸੀਗੇ ਉਹਨਾਂ ਨੇ ਸਾਨੂੰ ਕਾਫੀ ਹਿੰਮਤ ਦੇ ਨਾਲ ਕੰਮ ਕਰਕੇ ਸਾਨੂੰ ਸਿਖਾਇਆ ਹੋਕੀ ਦਾ ਸਾਨੂੰ ਮਤਲਬ ਦੇ ਮੇਡ ਅਸ ਮਚਿਓਰ ਪਲੇਅਰ ਇਨ ਏ ਵੈਰੀ ਸ਼ੋਰਟ ਟਾਈਮ ਉਹ ਸਾਨੂੰ ਬਹੁਤ ਹੈਲਪ ਕੀਤੀ ਔਰ ਤੁਸੀਂ ਦੇਖਣਾ ਕਿ ਸਾਡੀ ਸਿੱਖ ਯੂਨੀਅਨ ਟੀਮ 'ਚ ਮਤਲਬ ਦੁਨੀਆ ਦੇ ਬੈਸਟ ਪਲੇਅਰ ਬਣੇ ਹੈ ਐਂਡ ਆਈ ਵਾਜ਼ ਵਨ ਆਫ ਦੈਮ ਪਰ ਸ਼ੇਅਰ ਵਰਕ ਵਾਜ਼ ਹਾਰਡ ਵਰਕ ਸਾਰਾ ਕੰਮ ਕਰਨਾ ਡਿਸਿਪਲਿਨ ਐਂਡ ਵੀ ਸੈਕਰੀਫਾਈਸ ਲੋਟ ਆਫ ਥਿੰਗਸ ਐਂਡ ਵੀ ਵਰਕ ਵੈਰੀ ਵੈਰੀ ਹਾਰਡ ਜਿਹੜੀ ਤੁਸੀਂ ਇੱਕ ਗੱਲ ਕਹੀ ਹੈ ਨਾ ਇੰਡੀਆ ਦੀ ਟੀਮ ਨੂੰ ਦੇਖ ਕੇ ਤੁਹਾਨੂੰ ਇੰਸਪਾਇਰ ਹੋਏ ਮੇਰੇ ਨਾਲ ਐਗਜੈਕਟਲੀ ਸੇਮ ਹੋਇਆ ਇੰਡੀਆ ਦੀ ਟੀਮ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਆ ਗਿਆ ਕਿ ਇਹ ਜਿਵੇਂ ਸਕਿੱਲ ਹੈ ਇਹਨਾਂ ਦੇ ਵਿੱਚ ਇਹ ਸਾਡੇ 'ਚ ਹੋਣੀ ਚਾਹੀਦੀ ਹੈ ਮੈਂ ਮਨ 'ਚ ਰੱਖਿਆ ਜਿਹੜੀ ਏਰੀਏ 'ਚ ਮੈਂ ਇੰਚਾਰਜ ਸੀ ਪੁਲਿਸ ਦਾ ਉਹ ਇੰਡੀਅਨ ਹਾਈ ਕਮਿਸ਼ਨਰ ਉਹ ਮੇਰੇ ਏਰੀਏ 'ਚ ਰਹਿੰਦਾ ਸੀ ਮੈਂ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਜਦੋਂ ਤੈਨੂੰ 6 ਮਹੀਨੇ ਦੀ ਛੁੱਟੀ ਮਿਲੇਗੀ ਨਾ ਤੂੰ ਇੰਡੀਆ ਜਾ ਕੇ ਮੈਂ ਤੈਨੂੰ ਲੈਟਰ ਦੇ ਦਾਂਗਾ ਤੂੰ ਇੰਡੀਆ ਜਾਈਂ ਇਹ ਸਕਿੱਲ ਤੈਨੂੰ ਸਿਖਾਏਗਾ ਉਹਨੇ ਜਦੋਂ ਉਦੋਂ ਮੈਂ ਚੀਫ ਇੰਸਪੈਕਟਰ ਸੀਗਾ ਜਦੋਂ ਮੈਂ ASP ਪ੍ਰਮੋਟ ਹੋਇਆ ਤਾਂ ਮੈਨੂੰ 6 ਮਹੀਨੇ ਦੀਆਂ ਛੁੱਟੀਆਂ ਮਿਲੀਆਂ ਮੇਰੇ ਮਨ 'ਚ ਉਹ ਗੱਲ ਆ ਗਈ ਉਹ ਗੱਲ ਮੈਂ ਲੈ ਕੇ ਨਾ ਜਿਹੜੀ ਤੇਰੇ ਮਨ 'ਚ ਸੀ ਗੱਲ ਐਗਜੈਕਟਲੀ ਉਹ ਗੱਲ ਲੈ ਕੇ ਮੈਂ ਇੰਡੀਅਨ ਹਾਈ ਕਮਿਸ਼ਨਰ ਗਿਆ ਉਹਨੇ ਮੈਨੂੰ ਲੈਟਰ ਦਿੱਤੀ ਕਹਿੰਦਾ ਭਾਈ ਤੂੰ ਜਾਂ ਇੰਡੀਆ ਮੈਂ ਇੰਡੀਆ ਦਿੱਲੀ ਜਾ ਕੇ ਮਿਨਿਸਟਰੀ ਆਫ ਇੰਟਰਨਲ ਅਫੇਅਰਸ ਉੱਥੇ ਮੈਂ ਰਿਪੋਰਟ ਕੀਤੀ ਉਹਨਾਂ ਨੇ ਮੈਨੂੰ ਕਹਿੰਦੇ ਵੀ ਤੂੰ ਪਟਿਆਲੇ ਜਾ ਅਤੇ ਉਹਨਾਂ ਨੂੰ ਪੁੱਛਿਆ ਵੀ ਪਹਿਲਾਂ ਮੈਨੂੰ ਪੁੱਛਿਆ ਵੀ ਤੂੰ ਪਟਿਆਲੇ ਜਾਣਾ ਚਾਹੁੰਦਾ ਕਿ ਬੰਬੇ ਜਾਣਾ ਚਾਹੁੰਦਾ ਜਾਂ ਕਲਕੱਤੇ ਮੈਂ ਕਿਹਾ ਜੀ ਮੈਂ ਪਟਿਆਲੇ ਪੰਜਾਬ ਦੇ ਵਿੱਚ ਮੈਂ ਠੀਕ ਰਹੇਗਾ ਅਤੇ ਪਟਿਆਲੇ ਜਦੋਂ ਮੈਂ ਗਿਆ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ ਪਟਿਆਲਾ ਜਿੱਥੇ ਹਾਕੀ ਦਾ ਟੌਪ ਚੀਜ਼ ਸੀ ਧਿਆਨ ਚੰਦ ਉੱਥੇ ਕੋਚ ਦਾ ਕੰਮ ਕਰਦਾ ਸੀ ਜਿਹੜਾ 4 ਓਲੰਪਿਕਸ ਦੇ ਵਿੱਚ ਕੈਪਟਨ ਰਹਿ ਚੁੱਕਿਆ ਇੰਡੀਆ ਦਾ ਅਤੇ ਉਹ ਕੋਚ ਸੀਗਾ ਉੱਥੇ ਬਾਲਕ੍ਰਿਸ਼ਨ ਅੰਡਰ ਸਟੱਡੀ ਕੋਚ ਸੀਗਾ ਅਤੇ ਲੈਫਟੀਨੈਂਟ ਜਨਰਲ ਸੰਤ ਸਿੰਘ ਜਿਹੜਾ ਸੀ ਉਹ ਕਮਾਂਡ ਸੀ ਆਰਮੀ ਦਾ ਤਾਂ ਬਿਲਕੁਲ ਡਿਸਿਪਲਿਨ ਬ੍ਰਿਟਿਸ਼ ਸਟਾਈਲ ਦੀ ਡਿਸਿਪਲਿਨ ਉੱਥੇ ਸੀਗੀ ਕੰਪਲੀਟਲੀ ਅਤੇ ਉੱਥੇ ਉਹਨਾਂ ਨੇ ਮੈਨੂੰ ਇਨਕਰੇਜ ਕਰਕੇ ਮੈਨੂੰ ਜੇ ਮੈਂ ਇੱਕ ਹੀ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਉਹਨਾਂ ਦਾ ਸਕਿੱਲ ਸੀ ਨਾ ਜਦੋਂ ਉਹਨਾਂ ਨੇ ਮੈਨੂੰ ਅਸੀਂ 14 ਮੁੰਡੇ ਸੀ ਕੋਰਸ 'ਤੇ ਉਹਨਾਂ ਨੇ ਮੈਨੂੰ 14 ਬੋਲਾਂ ਦਿੱਤੀਆਂ ਕਿ ਇਹਦੇ 25 ਤੋਂ ਮੂਲ ਕਰਕੇ ਨਾ ਡੀ ਤੋਂ ਹਿੱਟ ਮਾਰ ਗੋਲ 'ਚ ਉਹ 14 ਦੇ 'ਚੋਂ ਮੈਂ 7-8 ਬੋਲਾਂ ਤੋਂ ਗੋਲ 'ਚ ਮਾਰੀਆਂ ਬਾਕੀ ਕੋਈ ਫਲਾਇੰਗ ਉੱਤੋਂ ਦੀ ਨਿਕਲ ਗਈ ਕੋਈ ਪੋਲ 'ਚ ਲਾ ਕੇ ਬਾਹਰ ਚਲੀ ਗਈ ਉਹ ਮੈਨੂੰ ਕਹਿੰਦੇ ਤੈਨੂੰ ਅਸੀਂ 50% ਪੁਆਇੰਟ ਦਿੰਦੇ ਹਾਂ ਹਿੱਟ ਮਾਰਨ ਦੇ ਵੀ ਹਿੱਟ ਤਾਂ ਤੇਰੀ ਹਿੱਟ ਫੋਲਟੀ ਹੈ ਤੈਨੂੰ ਟ੍ਰੇਨ ਉਹਨਾਂ ਨੇ ਮੇਰੇ ਮੈਨੂੰ ਟ੍ਰੇਨਿੰਗ ਵੋਲ ਦੇ ਸਾਹਮਣੇ ਖੜਾ ਕੇ ਨਾ ਮੈਨੂੰ ਬੋਲਾਂ ਦਿੱਤੀਆਂ ਸਲੋ ਮੋਸ਼ਨ 'ਚ ਦੱਸਿਆ ਕਿ ਦਿਸ ਇਜ਼ ਦਾ ਮੈਥਡ ਜਦੋਂ ਹਿੱਟ ਮਾਰਨੀ ਆ ਉਹਦੇ 'ਚ 5 ਪੁਆਇੰਟ ਹੁੰਦੇ ਆ ਗ੍ਰਿਪ ਔਨ ਦਾ ਸਟਿੱਕ ਪੋਜੀਸ਼ਨ ਆਫ ਦਾ ਬੋਡੀ ਪੋਜੀਸ਼ਨ ਆਫ ਦਾ ਬੋਲ ਐਗਜੀਕਿਊਸ਼ਨ ਐਂਡ ਫੋਲੋ ਥਰੂ ਇਹ ਉੱਥੋਂ ਸਿੱਖਿਆ ਮੈਂ ਇੰਟਰਨੈਸ਼ਨਲ ਹਾਕੀ 10 ਸਾਲ ਖੇਡ ਚੁੱਕਿਆ ਸੀ ਔਰ ਨੈਸ਼ਨਲ ਕੈਪਟਨ ਦਾ ਟੀਮ ਦਾ ਮੈਂ ਕੈਪਟਨ ਸੀ ਪਰ ਜਿਹੜੀ ਸਕਿੱਲ ਸਿੱਖੀ ਨਾ ਹਾਊ ਟੂ ਹਿੱਟ ਦਾ ਬੋਲ ਉੱਥੋਂ ਆਈ ਇਹ ਕਹਿਆ ਦੈਟਸ ਵੈਰੀ ਬਰੀਫਲੀ ਸੋ ਜਿਸ ਤਰ੍ਹਾਂ ਆਪਾਂ ਸੁਣ ਰਹੇ ਨੇ ਪੈਨਲ ਤੋਂ ਕਿ ਜਿਹੜੀ ਲਗਨ ਹੈ ਇੰਸਪੀਰੇਸ਼ਨ ਆ ਜਿੰਨਾ ਚਿਰ ਆਪਾਂ ਕੋਈ ਚੀਜ਼ ਨੂੰ ਇੰਟਰੋਡਿਊਸ ਨਹੀਂ ਕਰਦੇ ਅਤੇ ਬੜੀ ਇੱਕ ਇੰਪੋਰਟੈਂਟ ਮੈਸੇਜ ਹੈ ਇਹਦੇ 'ਚ ਕਿ ਜਿੰਨਾ ਚਿਰ ਆਪਣਾ ਯੂਥ ਹੈ ਜਿਹੜਾ ਜਿਨ੍ਹਾਂ ਨੂੰ ਇਸ ਵਕਤ ਬਹੁਤ ਲੋੜ ਹੈ ਸਪੋਰਟਸ ਦੀ ਅੱਛੀ ਸਿਹਤ ਦੀ ਜਿੰਨਾ ਚਿਰ ਆਪਾਂ ਉਹਨਾਂ ਨੂੰ ਸਪੋਰਟ ਜਾਂ ਕੋਈ ਇੰਟਰੋਡਕਸ਼ਨ ਨਹੀਂ ਕਰਾਉਂਦੇ ਜਾਂ ਉਹਨਾਂ ਨੂੰ ਦਿਖਾਉਂਦੇ ਨਹੀਂ ਆ ਜਾਂ ਉਹ ਦੇਖਦੇ ਨਹੀਂ ਆ ਜਿੰਨਾ ਚਿਰ ਉਹਨਾਂ ਨੂੰ ਕੁਝ ਪਸੰਦ ਨਹੀਂ ਆਏਗਾ ਉਹਨਾਂ ਚਿਰ ਉਹ ਬੱਚੇ ਨੂੰ ਜਾਂ ਉਹ ਇੰਡੀਵਿਜੁਅਲ ਨੂੰ ਉਹ ਲਗਨ ਨਹੀਂ ਲੱਗੇਗੀ ਸੋ ਬਹੁਤ ਇੰਪੋਰਟੈਂਟ ਮੈਸੇਜ ਹੈ ਇਹਦੇ 'ਚ ਕਿ ਜਿਹੜੀ ਲਗਨ ਹੈ ਇੰਸਪੀਰੇਸ਼ਨ ਆ ਇਹ ਸਿਰਫ ਡਿਵੈਲਪ ਹੁੰਦੀ ਹੈ ਜਦੋਂ ਆਪਾਂ ਕੋਈ ਚੀਜ਼ ਦੇਖਦੇ ਹਾਂ ਅਤੇ ਆਪਣੇ ਮਨ ਨੂੰ ਪਸੰਦ ਆਉਂਦੀ ਹੈ ਅਤੇ ਫਿਰ ਆਪਾਂ ਹਿੰਮਤ ਕਰਕੇ ਉਹ 'ਚ ਕਾਮਯਾਬੀ ਪਾਉਂਦੇ ਹਾਂ ਅਤੇ ਇੱਕ ਸਵਾਲ ਮੈਂ ਪੁੱਛਾਂਗਾ ਤਾਰੀ ਭਾਅ ਜੀ ਤੁਹਾਨੂੰ ਮੈਨੂੰ ਆਂਸਰ ਤਾਂ ਉਹਦਾ ਮੈਨੂੰ ਲੱਗਦਾ ਪਤਾ ਲੱਗ ਗਿਆ ਜਿਹੜੇ ਹਿਸਾਬ ਨਾਲ ਤੁਸੀਂ ਆਂਸਰ ਕਰ ਰਹੇ ਹੋ ਕਿ ਸਾਨੂੰ ਦੱਸੋ ਕਿ ਤੁਹਾਡਾ ਰੋਲ ਮਾਡਲ ਕੌਣ ਸੀ
ਹਾਂਜੀ ਦੇਖੋ, ਮੇਰਾ ਰੋਲ ਮਾਡਲ ਸੰਜੀਤ ਸੀਨੀਅਰ ਸੀ। ਉਹ ਕਿਉਂ ਸੀਗਾ ਕਿ ਉਹ ਜਦੋਂ ਇੰਡੀਆ ਦੀ ਟੀਮ ਆਈ ਸੀ ਐਂਡ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ, ਉਹਨਾਂ ਨੇ ਬੈਸਟ ਪਲੇਅਰਾਂ ਨੂੰ ਮਤਲਬ ਟਰੋਫੀ ਦਿੱਤੀ ਸੀ ਐਂਡ ਸੁਜੀਤ ਸੀਨੀਅਰ ਉਹਨਾਂ ਦਾ ਬੈਸਟ ਸਿਲੈਕਸ਼ਨ ਸੀ। ਮਤਲਬ ਹੀ ਵਾਜ਼ ਵੈਰੀ ਗੁੱਡ। ਉਹ ਕਹਿੰਦੇ ਸੀ ਕਿ ਇਹ ਸਾਡੀ ਟੀਮ ਦੇ ਵਿੱਚ ਆ ਜਾਏ, ਈ ਵਿਲ ਆਟੋਮੈਟਿਕਲੀ ਵਾਕ ਇਨ ਟੂ ਦਾ ਇੰਡੀਆ ਟੀਮ। ਸੋ ਇੰਨੇ ਵੱਡੇ ਪਲੇਅਰਾਂ ਦੇ ਵਿੱਚ ਇੱਕ ਜਿਹੜੇ ਪਲੇਅਰ ਆ ਜਾਏ, ਮਤਲਬ ਕੀਨੀਆ ਤੋਂ ਨਾਮ ਆ ਜਾਏ, ਜਿਹੜੀ ਕੀਨੀਆ ਇੱਕ ਛੋਟੀ ਜਿਹੀ ਜਗ੍ਹਾ ਸੀਗੀ, ਮਤਲਬ ਇੰਨੀ ਬਹੁਤ ਹੋਕੀ ਦੇ ਪਲੇਅਰ ਇੰਨੇ ਨਹੀਂ ਸੀ ਹੈ, ਪਰ ਉਹ ਦੇਖੋ ਅਬਿਲਿਟੀ ਹੈਗੀ ਸੀ ਉਹ ਆਦਮੀ ਦੇ, ਦੈਟ ਮੀਨਸ ਉਹ ਐਂਡ ਹੀ ਵਾਜ਼ ਵੈਰੀ ਹਾਰਡ ਵਰਕਿੰਗ। ਉਹਨਾਂ ਨੇ ਮੋਰਨਿੰਗ ਟ੍ਰੇਨਿੰਗ ਦਾ ਮੈਨੂੰ ਸਿਖਾਇਆ, ਮਤਲਬ ਕਿ ਇੰਪੋਰਟੈਂਟ ਹੈਗੀ ਆ ਕਿੰਨਾ। ਫਿਰ ਉਹ ਬੱਚਿਆਂ ਨੂੰ ਜਿੱਦਾਂ ਇੱਦਾਂ ਸਿਖਾਉਂਦੇ ਸੀ ਜਿੱਦਾਂ ਇੱਕ ਟੀਚਰ ਇੱਕ ਸਟੂਡੈਂਟ ਨੂੰ ਕਰਦਾ, ਮਤਲਬ ਉਹ ਉਹਨਾਂ ਦੇ ਨਾਲ ਕਾਫੀ ਇੰਸਪਾਇਰਡ ਹੋਏ। ਤੋ ਰੋਲ ਮਾਡਲ ਫਿਰ ਹੋਰ ਵੀ ਹੈ ਸੀਗੇ ਆਪਣੇ ਸਿੱਖ ਯੂਨੀਅਨ ਦੇ ਪਲੇਅਰ, ਜਿਹੜੇ ਆਪਣੇ ਪਲੇਅਰਾਂ ਨੂੰ ਬਹੁਤ ਹੈਲਪ ਕਰਦੇ ਸੀ, ਯੰਗਸਟਰ ਜਿਹੜੇ ਸੀ ਉਹਨਾਂ ਦੇ ਯੂਜ਼ ਟੂ ਟੇਕ ਕੇਅਰ ਆਫ ਦੈਮ, ਹੈ ਨਾ, ਉਹਨਾਂ ਨੂੰ ਸਮਝਾਉਣਾ ਸਾਰਾ ਕੁਛ, ਮਤਲਬ ਉਹਨਾਂ ਕੋਲ ਅਸੀਂ ਕਾਫੀ ਚੀਜ਼ਾਂ ਸਿੱਖੀਆਂ। ਫਿਰ ਕੀ ਸੀਗਾ, ਜਦੋਂ ਪਹਿਲਾਂ ਤੋਂ ਜਦੋਂ ਇੰਡੀਆ ਆਉਂਦੀ ਸੀ, 7-8 ਗੋਲ ਪੈਂਦੇ ਕਰਦੇ ਸੀਗੇ, ਫਿਰ ਟਾਈਮ ਆ ਗਿਆ ਕਿ ਅਸੀਂ ਵੀ ਟਰੈਵਲ ਕਰਨਾ ਸ਼ੁਰੂ ਕੀਤਾ, ਇੰਡੀਆ ਐਂਡ ਪਾਕਿਸਤਾਨ। ਫਿਰ ਪਾਕਿਸਤਾਨ ਤੋਂ ਵੀ ਨੈਸ਼ਨਲ ਟੀਮ ਆਉਂਦੀ ਸੀ ਇੰਡੀਆ ਤੋਂ, ਮਤਲਬ ਐਵਰੀ ਟਾਈਮ ਜੋ ਟੀਮ ਆਉਂਦੀ ਸੀ, ਨਵੇਂ ਨਵੇਂ ਪਲੇਅਰ ਆਉਂਦੇ ਸੀ, ਨਵੀਆਂ ਨਵੀਆਂ ਚੀਜ਼ਾਂ ਸਿੱਖਦੇ ਸੀ, ਕੋਈ ਕਿੱਥੋਂ ਡ੍ਰਿਬਲ ਕਰਦਾ, ਕੋਈ ਕਿੱਥੋਂ ਹਿੱਟ ਮਾਰਦਾ, ਕੋਈ ਕਿੱਦਾਂ ਹਿੱਟ ਮਾਰਦਾ, ਮਤਲਬ ਉਹਨਾਂ ਨੂੰ ਵਾਚ ਕਰਕੇ, ਉਹਨਾਂ ਨਾਲ ਡਿਸਕਸ਼ਨ ਕਰਕੇ, ਉਹਨਾਂ ਨਾਲ ਖੇਡ ਕੇ ਉਹ ਬਹੁਤ ਕੁਛ ਲਰਨ ਕੀਤਾ। ਮਤਲਬ ਦੇਖੋ, ਦੇਖਣ ਦੇ ਨਾਲ ਜਿੱਦਾਂ ਤੁਸੀਂ ਕਹਿੰਦੇ, ਹੁਣ ਤਾਂ ਵੀਡੀਓ ਹੈਗੇ, ਉਦੋਂ ਤਾਂ ਕੋਈ ਵੀਡੀਓ ਵਗੈਰਾ ਕੁਛ ਨਹੀਂ ਸੀ ਹੈ, ਮਤਲਬ ਉਦੋਂ ਸਿਰਫ ਅਸੀਂ ਵੀ ਕੁਡ ਓਨਲੀ ਵਾਚ ਜਦੋਂ ਖੇਡਦੇ ਸੀਗੇ, ਔਰ ਡਿਫਰੈਂਟ ਪਲੇਅਰ ਡਿਫਰੈਂਟ ਪੋਜੀਸ਼ਨਾਂ 'ਤੇ, ਮਤਲਬ ਜਿੱਦਾਂ ਮੇਰਾ ਰਾਈਟ ਇਨਰ ਆ ਰਿਹਾ ਕੋਈ, ਮੈਂ ਐਵਰੀ ਟਾਈਮ ਆਈ ਪਲੇਡ ਇੰਡੀਆ ਆਈ ਹੈਡ ਏ ਡਿਫਰੈਂਟ ਰਾਈਟ ਇਨਰ ਜਾਂ ਲੈਫਟ ਇਨਰ, ਮਤਲਬ ਕੋਈ ਲੈਫਟ ਡੋਜ ਕਰਦਾ, ਕੋਈ ਦੋਨੋਂ ਸਾਈਡ ਤੋਂ, ਰਾਈਟ ਤੋਂ ਵੀ ਲੈਫਟ ਤੋਂ ਵੀ ਕਰਦਾ ਸਪੀਡ 'ਤੇ, ਮਤਲਬ ਉਹਨਾਂ ਨੂੰ ਟੀਮਾਂ ਨੂੰ ਦੇਖ ਕੇ ਕਾਫੀ ਇੰਸਪੀਰੇਸ਼ਨ ਮਿਲੀ ਔਰ ਉੱਥੋਂ ਅਸੀਂ ਬਹੁਤ ਕੁਛ ਲਰਨ ਕੀਤਾ। ਦੈਟਸ ਵਾਈ ਵਨ ਟਾਈਮ ਜਦੋਂ 7 ਗੋਲ ਕਰਦੇ ਸੀਗੇ, ਫਿਰ ਉਹ ਕੱਢਦੇ ਕੱਢਦੇ 2 'ਤੇ ਆ ਗਏ, ਫਿਰ 1 'ਤੇ ਆ ਗਿਆ, ਫਿਰ ਡਰੋਅ ਹੋਣਾ ਸ਼ੁਰੂ ਹੋ ਗਿਆ, ਫਿਰ ਟਾਈਮ ਇੱਦਾਂ ਦਾ ਵੀ ਆ ਗਿਆ, ਦੈਨ ਵੀ ਸਟਾਰਟਿਡ ਬੀਟਿੰਗ ਦੈਮ ਆਲਸੋ। ਸਾਡਾ ਇੱਕ ਮੈਚ ਹੋਇਆ 64 'ਚ, ਮੈਂ ਤੁਹਾਨੂੰ ਦੱਸਾਂ, ਜਬਲਪੁਰ, ਉਦੋਂ ਕੀਨੀਆ ਦੇ ਅਬਾਊਟ 7 ਟੈਸਟ ਮੈਚ ਹੋਏ, ਤਾਂ ਗਰਮੀ ਬਹੁਤ ਸੀਗੀ, ਅਸੀਂ ਪਹਿਲੇ 4-5 ਖੇਡੇ, ਡਰੋਅ ਹੋ ਗਿਆ, 1 ਗੋਲ 'ਤੇ ਉਹ ਜਿੱਤੇ, 1 ਗੋਲ 'ਤੇ ਅਸੀਂ ਜਾ। ਫਿਰ ਜਬਲਪੁਰ ਜਦੋਂ ਸਾਨੂੰ ਮੈਚ ਮਿਲਿਆ ਤਾਂ ਉਹ ਬਜਰੀ ਦੀ ਗਰਾਊਂਡ ਸੀ, ਤੁਹਾਨੂੰ ਮੈਂ ਆਪਣੇ ਸਿੱਖਾਂ ਦੇ ਦੱਸਾਂ ਕਿ ਕਿੰਨੇ ਉੱਧਰੋਂ ਇੰਡੀਆ ਦੇ ਸਾਰੇ ਸਰਦਾਰਾਂ ਨੇ ਜੁੜੇ ਬਣਨੇ ਹੋਏ, ਇੱਦੋਂ ਕਿੰਨੀਆਂ ਦੇ ਸਾਰੇ ਪਲੇਅਰਾਂ ਨੇ ਜੁੜੇ ਬਣਨੇ ਹੋਏ, ਤਾਂ ਜਿਹੜੀ ਪਬਲਿਕ ਦੇਖਣ ਆਈ ਸੀ ਮੈਚ, ਉਹਨਾਂ ਨੂੰ ਨਹੀਂ ਸੀ ਪਤਾ ਕਿ ਇੰਡੀਆ ਕਿਹੜੀ ਹੈ ਅਤੇ ਪਾਕਿਸਤਾਨ ਕੌਣ ਹੈ ਸਪੈਕਟੇਟਰ ਇੰਡੀਆ। ਅਸੀਂ ਉਹਨਾਂ ਨੂੰ ਕਿਉਂ ਬਜਰੀ ਮਿਲ ਗਈ ਮਰਮ, ਅਸੀਂ ਯੂਜ਼ ਟੂ ਮਰਮ, ਤੋਂ ਅਸੀਂ ਉਹਨਾਂ ਨੂੰ ਪਹਿਲੇ ਹਾਫ ਦੇ ਵਿੱਚ 3 ਗੋਲ ਖੜਕਾ ਦਿੱਤੇ, ਤਾਂ ਜਦੋਂ ਹਾਫ ਟਾਈਮ ਹੋਇਆ ਤਾਂ ਪਬਲਿਕ ਨੇ ਪੁੱਛਿਆ ਇੰਡੀਆ ਜਿੱਤ ਰਹੀ ਹੈ, ਉਹ ਦੂਸਰਿਆਂ ਨੇ ਕਿਹਾ ਇੰਡੀਆ ਨਹੀਂ ਜਿੱਤ ਰਹੀ ਹੈ, ਕੀਨੀਆ ਜਿੱਤ ਰਹੀ ਹੈ। ਉਹ ਸਪੈਕਟੇਟਰ ਦੇ ਸਟਾਰਟਡ ਵਾਕਿੰਗ ਆਊਟ ਆਫ ਦਾ ਸਟੇਡੀਅਮ, ਤਾਂ ਮਤਲਬ ਕਹਿੰਦਾ ਕਿ ਸਾਡੇ ਸਿੱਖ ਦੇਖੋ ਆਲਮੋਸਟ ਇਕੁਅਲ ਸੀਗੇ ਇਨ ਇੰਡੀਆ ਟੀਮ ਐਂਡ ਇਨ ਕੀਨੀਆ ਟੀਮ। ਉਹ ਚਲੋ ਹੁਣ ਡਿਮਿਨਿਸ਼ ਹੋ ਰਿਹਾ, ਥੋੜ੍ਹੇ ਥੋੜ੍ਹੇ ਹੋ ਰਿਹਾ, ਘੱਟ ਹੋ ਰਿਹਾ, ਤਾਂ ਇਹਦਾ ਕੋਈ ਸਲਿਊਸ਼ਨ ਸਾਨੂੰ ਲੱਭਣਾ ਪਏਗਾ, ਪਰ ਸਾਡੀ ਕੰਟਰੀਬਿਊਸ਼ਨ ਸਿੱਖਾਂ ਦੀ ਹੋਕੀ ਦੇ ਵਿੱਚ ਹੈਜ਼ ਬੀਨ ਵੈਰੀ ਗ੍ਰੇਟ ਐਂਡ ਆਈ ਥਿੰਕ ਵੀ ਸ਼ੁੱਡ ਡੂ ਸਮਥਿੰਗ ਟੂ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਕਿ ਸਿੱਖਾਂ ਦੀ ਕੰਟਰੀਬਿਊਸ਼ਨ ਹੋਕੀ 'ਚ ਬਹੁਤ ਹੀ ਗ੍ਰੇਟ ਹੈ, ਅਤੇ ਆਪਾਂ ਨੂੰ ਜਿਹੜੀ ਇਹ ਡਿਮਾਈਜ਼ ਹੈ ਇਹਦੇ 'ਤੇ ਕੁਛ ਕਰਨਾ ਚਾਹੀਦਾ, ਪਰ ਆਪਾਂ ਉਹਦੇ ਬਾਰੇ ਥੋੜ੍ਹਾ ਜਿਹਾ ਡਿਸਕਸ ਕਰਾਂਗੇ ਬਾਅਦ ਦੇ ਵਿੱਚ। ਅਤੇ ਜਿਹੜਾ ਰੋਲ ਮਾਡਲ ਵੀ ਤੁਸੀਂ ਚੁਣਿਆ, ਤੁਹਾਡੀਆਂ ਗੱਲਾਂ ਦੇ ਹਿਸਾਬ ਨਾਲ ਪਤਾ ਲੱਗਦਾ ਕਿ ਉਹ ਪੂਰੇ ਰੋਲ ਮਾਡਲ ਦੇ ਜਿੱਦਾਂ ਰੋਲ ਮਾਡਲ ਬਣਨ ਦੇ ਹੱਕਦਾਰ ਸੀਗੇ। ਸੁਰਜੀਤ ਸਿੰਘ ਸੀਨੀਅਰ ਡਿਊਲ ਦੇ ਕਾਫੀ ਸੁਣਿਆ ਹੋਇਆ ਉਹਨਾਂ ਦੀ ਹੋਕੀ ਬਾਰੇ ਵੀ। ਇਨਫੈਕਟ ਮੈਂ ਪੈਨਲ ਨੂੰ ਵੀ ਅਤੇ ਵਿਊਜ਼ ਨੂੰ ਵੀ ਦੱਸ ਦਵਾਂ ਕਿ ਉਹਨਾਂ ਦਾ ਲੜਕਾ ਐਕਚੁਲੀ ਪਲੇਡ ਫੋਰ ਕੈਨੇਡਾ, ਰਣਜੀਵ ਡਿਊਲ, ਹੀ ਇਜ਼ ਪਲੇਡ ਫੋਰ ਕੈਨੇਡਾ ਐਟ ਦੀ ਓਲੰਪਿਕਸ ਐਜ਼ ਵੈਲ। ਸੋ ਇੱਕ ਸਵਾਲ ਮੈਂ ਅਜੈਬ ਸਿੰਘ ਹੋਣਾ ਨੂੰ ਪੁੱਛਾਂਗਾ ਕਿ ਰੋਲ ਮਾਡਲਸ ਦਾ ਕਿੰਨਾ ਇੰਪੋਰਟੈਂਸ ਹੈ, ਕਿੰਨਾ ਇੰਪੋਰਟੈਂਟ ਆ ਕਿ ਰੋਲ ਮਾਡਲ ਹੋਣਾ ਚਾਹੀਦਾ? ਰੋਲ ਮਾਡਲ ਦੀ ਤਾਂ ਬਹੁਤ ਇੰਪੋਰਟੈਂਸ ਹੈਗੀ, ਰੋਲ ਮਾਡਲ ਨੂੰ ਦੇਖ ਕੇ ਯੂ ਗੈਟ ਇਨਕਰੇਜਮੈਂਟ, ਯੂ ਲਰਨ ਆਲ ਦਾ ਸਕਿੱਲਸ ਫਰੋਮ ਦਾ ਰੋਲ ਮਾਡਲ ਐਂਡ ਯੂ ਆਲਸੋ ਇੰਜੋਏ ਵਾਚਿੰਗ ਹਿਮ ਪਲੇ। ਸੋ ਰੋਲ ਮਾਡਲ ਇਜ਼ ਵੈਰੀ ਇੰਪੋਰਟੈਂਟ ਫੋਰ ਅ ਯੰਗ ਪਰਸਨ,
really, not only role model in sports, but in any other activity as well. But hockey, as far as hockey is concerned, role model plays a great part in the development of hockey. Chalo, hun thoda ja training bare gallan karde ne. ਅੱਜਕੱਲ੍ਹ ਦੇ ਜਿਹੜੇ ਟ੍ਰੇਨਿੰਗ ਮੈਥਡਸ ਨੇ ਬੜੇ ਸਾਇੰਟੀਫਿਕ ਹੋ ਚੁੱਕੇ ਨੇ, ਫੂਡ ਸਪਲੀਮੈਂਟਸ ਵਗੈਰਾ ਹੈਗਾ ਨੇ, ਡੀਹਾਈਡਰੇਸ਼ਨ ਨੂੰ ਕਰਬ ਕਰਨ ਨੂੰ ਪਾਣੀ ਦੇ ਵਿੱਚ ਕਈ ਕੁਛ ਪਾ ਕੇ ਪੀਣੇ ਪੈਂਦੇ ਆ ਅੱਜ ਕੱਲ੍ਹ ਦੇ ਐਥਲੀਟਸ ਨੂੰ, ਉਹਨਾਂ ਨੂੰ ਦੇਖਣਾ ਪੈਂਦਾ ਕਿੰਨੇ ਵਜੇ ਉੱਠਦੇ ਨੇ, ਕਿੰਨੇ ਵਜੇ ਸੌਂਦੇ ਨੇ, ਹਾਰਟ ਰੇਟ ਲੈਣੇ ਪੈਂਦੇ ਨੇ. ਅਤੇ ਅਵਤਾਰ ਸਿੰਘ ਸੋਹਲ ਉਹਨਾਂ ਦੇ ਟਾਈਮ 'ਚ 1970 ਤੋਂ ਪਹਿਲਾਂ ਦੀਆਂ ਗੱਲਾਂ ਮੈਂ ਕਰ ਰਿਹਾ, ਉਹਨਾਂ ਦੇ ਟਾਈਮ 'ਚ ਇੰਨੇ ਸਾਇੰਟੀਫਿਕ ਮੈਥਡਸ ਹੈ ਨਹੀਂ ਸੀ, ਪਰ ਫਿਰ ਵੀ ਇਹਨਾਂ ਦਾ ਟ੍ਰੇਨਿੰਗ ਰਜੀਮ ਬਹੁਤਾ ਹੀ ਸਟ੍ਰੈਨੀਅਸ ਸੀਗਾ. ਅਤੇ ਤਾਰੀ ਭਾਜੀ, ਥੋੜ੍ਹੀ ਜਿਹੀ ਖੁਰਾਕ ਬਾਰੇ ਦੱਸੋ ਕਿ ਉਸ ਵੇਲੇ ਸਪਲੀਮੈਂਟਸ ਤਾਂ ਪ੍ਰੋਟੀਨ ਵਗੈਰਾ ਤਾਂ ਕੁਝ ਕਿਸੇ ਨੇ ਸੁਣਿਆ ਹੀ ਨਹੀਂ ਹੋਣਾ, ਜਾਂ ਵਿਟਾਮਿਨ ABCD ਕਈ ਵਿਟਾਮਿਨ ਨੇ ਉਹ ਵੀ ਨਹੀਂ ਕਿਸੇ ਨੇ ਸੁਣੇ ਹੋਣੇ, ਕਿ ਤੁਸੀਂ ਦੱਸੋ ਕਿ ਇੰਨੀ ਟ੍ਰੇਨਿੰਗ ਕਰਨੀ ਜਿਹੜੀ ਸਵੇਰ ਨੂੰ ਉੱਠ ਕੇ ਟ੍ਰੇਨਿੰਗ ਕਰਨੀ, ਉਹ ਤੁਸੀਂ ਉਹਦਾ ਬੋਡੀ ਨੂੰ ਵੀ ਅਕਸਰ ਕੋਈ ਖੁਰਾਕ ਚਾਹੀਦੀ ਹੈ, ਤੁਹਾਡੀ ਖੁਰਾਕ ਬਾਰੇ ਦੱਸੋ ਕਿ ਉਹ ਕਿਸ ਤਰ੍ਹਾਂ ਤੁਹਾਡੀ ਟ੍ਰੇਨਿੰਗ ਦੇ ਵਿੱਚ ਫਿੱਟ ਹੁੰਦੀ ਸੀ ਅਤੇ ਕਿਸ ਤਰ੍ਹਾਂ ਉਹਨੂੰ ਕੰਪਲੀਮੈਂਟ ਕਰਦੀ ਸੀ? ਹਾਂਜੀ, ਉਹ ਤੋਂ ਦੇਖੋ ਜਿਹੜੀ ਆਪਣੇ, ਜੇ ਅਸੀਂ ਵੀ ਗੋ ਬਿਹਾਈਂਡ 20-30 ਈਅਰਸ, ਜਿਹੜਾ ਫੂਡ ਦੀ ਵੈਲਿਊ ਸੀ, ਨਾਲੇ ਉਹ ਦੇਖੋ ਵਿਦਆਊਟ ਕੈਮੀਕਲਸ, ਵਿਦਆਊਟ ਕੈਮੀਕਲ ਫਰੈਸ਼ ਫਰੂਟ ਸਾਰਾ ਕੁਛ, ਫੂਡ ਵਗੈਰਾ ਵਾਜ, ਮਿਲਕ ਆਲਸੋ ਵਾਜ ਵੈਰੀ ਗੁੱਡ ਐਂਡ ਆਲ ਦੈਟ. ਜੋ ਟ੍ਰੇਨਿੰਗ ਕਰਦੇ ਸੀ, ਮੈਂ ਤੁਹਾਨੂੰ ਦੱਸਦਾ ਸਾਡੀ ਟ੍ਰੇਨਿੰਗ ਦਾ ਮੈਥਡ ਕੀ ਸੀਗਾ, ਕਿ ਟ੍ਰੇਨਿੰਗ ਕਰਨੀ ਹੈ ਉਹਦੇ ਨਾਲ ਫੂਡ ਦੀ ਤਾਂ ਲਾਜ਼ਮੀ ਔਰ ਜ਼ਰੂਰਤ ਹੈ. ਹੁਣ ਜੇ ਮੈਂ ਤੁਹਾਨੂੰ ਦੱਸਾਂ, ਤੁਸੀਂ ਹੈਰਾਨ ਹੋ ਜਾਓ ਕਿ ਕਿੱਦਾਂ ਹੁੰਦਾ ਸੀ. ਟ੍ਰੇਨਿੰਗ ਇੱਦਾਂ ਹੁੰਦੀ ਸੀ ਕਿ ਜੇ ਅਸੀਂ ਜਦੋਂ ਸਪ੍ਰਿੰਟ ਲਾਉਂਦੇ ਸੀਗੇ, ਜਾਂ ਮਤਲਬ ਜਿਹੜੀ ਵੀ ਟ੍ਰੇਨਿੰਗ ਅਸੀਂ ਮੋਰਨਿੰਗ ਸਟਾਰਟ ਕਰਦੇ, ਵਾਰਮਿੰਗ ਅਪ, ਫਿਰ ਸਪ੍ਰਿੰਟਾਂ ਲਾਉਣੀਆਂ, ਫਿਰ ਉਹਦੇ ਨਾਲ ਹੀ ਅਸੀਂ ਮਤਲਬ ਸਟੈਮਿਨਾ ਬਿਲਡਿੰਗ ਕਰਨਾ, ਫਿਰ ਫਿਜ਼ੀਕਲ ਟ੍ਰੇਨਿੰਗ ਕਰਨੀ, ਫਿਰ ਮੈਂ ਹੇਟਾਂ ਮਾਂ, ਤਾਂ ਅਸੀਂ ਫਿਰ ਉਹਦੇ ਬਾਅਦ ਇਮੀਡੀਏਟਲੀ ਦੇਖਿਆ ਕਿ ਬੋਡੀ ਨੂੰ ਤਾਂ ਕਾਫੀ ਫੂਡ ਦੀ ਲੋਡ ਹੈਗੀ ਹੈ. ਤਾਂ ਤੁਸੀਂ ਵਿਲ ਨੋਟ ਇਮੈਜਿਨ ਕਿ ਜੇ ਇੱਕ ਪੁਆਇੰਟ ਜਿਹੜਾ ਸਾਡਾ ਦੁੱਧ ਆਉਂਦਾ ਸੀਗਾ ਉਸ ਟਾਈਮ 'ਤੇ, ਹੁਣ ਤਾਂ ਕਹਿੰਦੇ ਆ ਕਿ ਉਹ ਫੈਟ ਫੈਟ ਕੱਢੋ, ਸਕਿਮ ਮਿਲਕ ਪੀਓ, ਤਾਂ ਅਸੀਂ ਉਸ ਟਾਈਮ 'ਤੇ ਉਹ ਚੀਜ਼ ਨੂੰ ਬਿਲੀਵ ਨਹੀਂ ਸੀ ਕਰਦੇ, ਤਾਂ ਉਹਨੂੰ ਇੱਕ ਪੁਆਇੰਟ ਨੂੰ ਗੜ ਗੜ ਕਰਕੇ ਪੀ ਜਾਣਾ, ਅਤੇ ਖਜੂਰਾਂ ਦਾ ਪੈਕਟ ਹੁੰਦਾ ਸੀ ਉਹ ਕਰ ਜਾਣਾ, ਮਤਲਬ ਉਸ ਟਾਈਮ 'ਤੇ ਹਾਲੇ ਮਤਲਬ ਬ੍ਰੇਕਫਾਸਟ ਆਪਣੀ ਟ੍ਰੇਨਿੰਗ ਦੇ ਬਾਅਦ. ਫਿਰ ਬਾਅਦ 'ਚ ਦੇਖਿਆ ਪ੍ਰੋਟੀਨ ਦੀ ਵੀ ਲੋੜ ਹੈ, ਸਰ ਜ਼ਿਆਦਾ ਲੋੜ ਹੈਗੀ ਹੈ. ਫਿਰ ਕੱਚੇ ਰੋ ਐਗ 6 ਕੱਢ ਕੇ ਇੱਕ ਉਹਦਾ ਦਿਲ ਤਾਂ ਕਰ ਦੇਣਾ ਸੀ, ਅੰਦਰ ਜਾਂਦਾ ਸੀ ਜਦੋਂ ਦੁੱਧ ਪੁਆਇੰਟ ਪੀਦਾ ਸੀ ਨਾਲ, ਤਾਂ ਉਹ ਨਿਕਲ ਜਾਂਦਾ ਸੀ ਮਤਲਬ ਸਾਰਾ ਕੁਛ. ਮਤਲਬ ਉਹ ਡਾਇਟ ਸਾਡੀ ਕਾਫੀ ਹੈਲਦੀ ਹੁੰਦੀ ਸੀਗੀ. ਤਾਂ ਫਿਰ ਬਾਕੀ ਦੇਖੋ ਹੋਰ ਵੀ ਕਈ ਹੁੰਦੇ ਆ ਕਿ ਮਸਾਜ, ਜਦੋਂ ਆਪਣੀ ਟ੍ਰੇਨਿੰਗ ਕਰਦੇ ਹਾਂ ਤਾਂ ਮਸਾਜ ਮਸੂਜ ਆਪ ਹੀ ਕਰਦੇ ਹੁੰਦੇ ਸੀ, ਓਇਲ ਲੈ ਕੇ ਸਾਰਾ ਬੋਡੀ ਨੂੰ ਕਰਨਾ. ਫਿਰ ਹੈਲਥ ਕੋਸ਼ਿਸ਼ ਅਸੀਂ ਉਦੋਂ ਵੀ ਸੀਗੇ ਨਾ, ਤਾਂ ਦੇਖੋ ਉਸ ਟਾਈਮ 'ਤੇ ਨੋ ਡਰਿੰਕਿੰਗ ਸਾਡੀ ਨਹੀਂ ਸੀ, ਕੋਈ ਡਰੱਗਸ ਡਰੁਗਸ ਨਹੀਂ ਸੀ ਹੈ, ਤਾਂ ਮੈਨੂੰ ਲੱਗਦਾ ਵਿਟਾਮਿਨਸ ਵਗੈਰਾ ਤਾਂ ਮਿਨਰਲ ਦੀਆਂ ਟੈਬਲੇਟਸ ਅਸੀਂ ਕਦੀ ਦੇਖੀਆਂ ਨਹੀਂ ਸੀਆਂ, ਅਸੀਂ ਕੁਛ ਖਾਂਦੇ ਨਹੀਂ ਸੀ ਹੈਨਾ. ਪਰ ਜਦੋਂ ਫੂਡ ਸਾਡੇ ਆਪ ਹੀ ਹੈਲਦੀ ਫੂਡ ਹੁੰਦਾ ਸੀ, ਸਾਗ ਸੂਗ, ਮੱਕੀ ਦੀਆਂ ਰੋਟੀਆਂ ਵਗੈਰਾ ਸਭ ਕੁਛ, ਦੁੱਧ ਦੱਧ ਹੁੰਦਾ ਸੀ, ਮਤਲਬ ਇਟ ਵਾਜ਼ ਏ ਬੈਲੈਂਸ ਡਾਇਟ. ਫਰੂਟ ਫਰਾਟ ਕਾਫੀ ਖਾਈਦਾ ਸੀ, ਉਹ ਤੁਹਾਨੂੰ ਪਤਾ ਕਿ ਕਿੰਨੀਆਂ ਦੇ ਵਿੱਚ ਟ੍ਰੋਪੀਕਲ ਫਰੂਟ, ਪਪਾਇਆ, ਪਾਈਨਐਪਲਸ, ਮੈਂਗੋਸ, ਔਰੇਂਜ, ਮਤਲਬ ਇਟ ਵਾਜ਼ ਏ ਸੋਲਿਡ ਡਾਇਟ. ਹਾਂਜੀ, ਸਾਨੂੰ ਕਦੀ ਲੋੜ ਹੀ ਨਹੀਂ ਸੀ ਪੈਂਦੀ. ਹਾਉ ਫਾਰ ਦਿਸ ਇਜ਼ ਟਰੂ ਕਿ ਜਦੋਂ ਤੁਸੀਂ ਹਾਰਡ ਟ੍ਰੇਨਿੰਗ ਕਰਦੇ ਸੀ, ਤੁਹਾਡੇ ਸ਼ਾਂ ਉੱਥੇ ਵੱਡਾ ਸੁਫਰੀਆ ਦੁੱਧ ਦਾ ਭਰ ਕੇ ਤਿਆਰ ਹੁੰਦਾ ਸੀ ਮਹਾਂ ਸਿੰਘ ਦੇ ਟਾਈਮ 'ਤੇ, ਅਤੇ ਉਹ ਤੁਹਾਨੂੰ ਦੁੱਧ ਦੇ ਗਲਾਸ ਪਾਉਂਦੇ ਸੀ ਬਜਾਏ ਕਿ ਹੋਰ ਕੋਈ ਡਰਿੰਕ ਵਰਿੰਕ ਕਰੋ ਤੁਸੀਂ, ਕਿ ਖੇਡਣ ਤੋਂ ਬਾਅਦ ਦੁੱਧ ਪੀਓ. ਹਾਂਜੀ, ਸਹੀ ਗੱਲ ਹਾਂਜੀ, ਇਹ ਗੱਲ ਠੀਕ ਹੈ. ਉਹ ਬਦਾਮਾਂ ਵਾਲੇ ਦੁੱਧ ਹੁੰਦਾ ਸੀ, ਬਦਾਮ ਪਾ ਕੇ ਦੁੱਧ ਹੁੰਦੇ, ਤਾਂ ਉਹ ਦੇਖੋ ਜਦੋਂ ਟ੍ਰੇਨਿੰਗ ਹੁੰਦੀ ਸੀ ਮਤਲਬ ਦੁੱਧ ਕਾਫੀ ਪੀਦਾ ਸੀ, ਮਤਲਬ ਮੈਂ ਤਾਂ ਉਹ ਦੱਸ ਰਿਹਾ ਸੀ ਇੱਕ ਟਾਈਮ ਦੀ ਟ੍ਰੇਨਿੰਗ ਦਾ ਦੁੱਧ ਪੀ ਰਿਹਾ, ਤੇ ਫਿਰ ਸ਼ਾਮ ਨੂੰ ਫਿਰ ਟ੍ਰੇਨਿੰਗ ਹੋਣੀ, ਫਿਰ ਵੀ ਇੱਕ ਅੱਧਾ, ਮਤਲਬ 2-3 ਲੀਟਰ ਦੁੱਧ ਦੇ ਪੀ ਜਾਣੇ, ਲੋਟ ਆਫ ਪ੍ਰੋਟੀਨਸ ਐਂਡ ਔਰ ਮਿਲਕ ਇਜ਼ ਸੈਲਫ ਸਫੀਸ਼ੀਐਂਟ ਫੂਡ. ਹਾਂਜੀ, ਤਾਂ ਉਹ ਸਾਡੇ ਦੇਖੋ ਤੁਸੀਂ ਮਾਨ ਸਿੰਘ ਦੀ ਗੱਲ ਕੀਤੀ ਹੈ, ਉਹ ਬੜੇ ਅੱਛੇ ਕੋਚ ਹੁੰਦੇ ਸੀਗੇ, ਮਤਲਬ ਉਹ ਫਿਜ਼ੀਕਲ ਫਿਟਨੈਸ. ਇੱਕ ਦਫਾ ਉਹਨਾਂ ਨੇ ਸਾਨੂੰ ਰਾਊਂਡ ਲਵਾਏ, ਟ੍ਰੇਨਿੰਗ ਖਤਮ ਹੋ ਗਈ, 3-4 ਘੰਟੇ ਟ੍ਰੇਨਿੰਗ ਕੀਤੀ, ਉਹ ਸਾਡਾ ਇੱਕ ਪਲੇਅਰ ਹੁੰਦਾ ਸੀ ਸਿਲੂ ਫਰਨਾਂਡਿਸ, ਉਹਨਾਂ ਨੇ ਕੋਚ ਸਾਹਿਬ ਨੂੰ ਐਵੇਂ ਟੌਂਟ ਚੀ ਮਾਰੀ, ਤਾਂ ਉਹ ਕਹਿੰਦਾ ਕੋਈ ਨਹੀਂ, ਉਹਨਾਂ ਨੇ ਬੁਲਾ ਲਿਆ ਵਾਪਸ ਗਰਾਊਂਡ 'ਤੇ, ਕਹਿੰਦੇ ਆਓ ਤੁਹਾਡਾ ਇੱਕ ਅੱਧਾ ਰਾਊਂਡ ਲਾਉਣਾ. ਉਹਦੇ ਬਾਅਦ ਉਹਨਾਂ ਨੇ 16 ਰਾਊਂਡ ਲਾਏ, ਜਦੋਂ ਅਸੀਂ 17ਵੇਂ ਰਾਊਂਡ 'ਤੇ ਗਿਰਨ ਵਾਲੇ ਸੀਗੇ, ਅਤੇ ਉਹਨਾਂ ਨੂੰ ਕਿਹਾ ਕਿ ਹੁਣ ਇਜ਼ ਇਨਫ. ਫਿਰ ਉਹ ਸਿਲੂ ਫਰਨਾਂਡਿਸ ਨੂੰ ਕਿਹਾ ਕਿ ਹੋਰ ਵੀ ਕੋਈ ਗੱਲ ਹੈਗੀ ਹੁਣ, ਉਹ ਰੈਡੀ ਸੀ ਕਿ ਹੋਰ ਰਾਊਂਡ ਲਵਾ ਦੇਵਾਂਗੇ, ਮਤਲਬ ਇੱਦਾਂ ਦੇ ਸੀ, ਦੇ ਵਰ ਵੈਰੀ ਟਫ ਕੋਚ ਜੀ.
ਔਰ ਮਤਲਬ ਅਸੀਂ ਉਹਨਾਂ ਕੋਲ ਡਿਸਿਪਲਿਨ ਸਿੱਖਿਆ, ਉਹਨਾਂ ਨੇ ਸਾਨੂੰ ਬਹੁਤ ਕੁਛ ਸਿਖਾਇਆ. ਸੋ ਆਈ ਲਾਈਕ ਟੂ ਥੈਂਕ, ਇਜ਼ ਨੋਟ ਦੇਅਰ ਬਟ ਹੀ ਵਾਜ਼ ਅ ਗ੍ਰੇਟ, ਇਨ ਫੈਕਟ ਹੀ ਵਾਜ਼ ਦ ਵਨ ਹੂ ਬ੍ਰੋਟ ਹਾਕੀ ਟੂ ਕੀਨੀਆ. ਉਹ ਟੀਮ ਜਿਹੜੀ ਆਈ ਸੀ ਇੰਡੀਆ ਦੀ 19 ਉਸ ਟਾਈਮ 'ਤੇ 48 'ਚ, ਉਹਨਾਂ ਦੀ ਮਿਹਰਬਾਨੀ ਕਰਕੇ ਆਈ ਸੀ. ਕੀਨੀਆ ਦੇ ਵਿੱਚ ਮਹਾਂ ਸਿੰਘ, ਯੂ ਐਸ ਸੈਲਫ, ਸੁਰਜੀਤ ਸੀਨੀਅਰ, ਬਲਬੀਰ, ਇਹ ਪੰਜ ਚਾਰ ਆਦਮੀ ਜਿਹੜੇ ਨਾ ਵੈਲ ਨੋਨ. ਇਸਾ ਹੀ ਸਾਡੇ ਯੁਗੰਡੇ ਦੇ ਵਿੱਚ ਹੈ ਮਿਸਟਰ ਸੰਧੂ, ਬਲਬੀਰ ਸਿੰਘ, ਅਤੇ ਬਾਕੀ ਮੈਂ ਵੀ ਉਹਦੇ ਨਾਲ ਚੱਲਦਾ ਰਿਹਾ. ਫਿਰ ਅਜਾਇਬ ਆ ਗਿਆ ਮੇਰੇ ਤੋਂ ਪਿੱਛੋਂ, ਦੁਲਬਾਗ ਹੁੰਦਾ ਸੀ ਸਭ ਤੋਂ ਪਹਿਲਾਂ. ਹਾਂਜੀ, ਇਹ ਸਾਰੀ ਇਹ ਨੋਨ. ਟਨਜ਼ਾਨੀਆ ਦੇ ਵਿੱਚ ਪ੍ਰੀਤਮ ਸਿੰਘ, ਜਿਹਦਾ ਤੋੜੇ ਚਾਹ ਕੇ ਖੇਡੇ ਅਖਬਾਰ ਦੇ ਵਿੱਚ, ਉਹ ਸੀਗੇ. ਅਤੇ ਇਹ ਵੈਲ ਨੋਨ ਨੇਮਸ ਨੇ ਆਪਣੇ ਈਸਟ ਅਫਰੀਕਾ ਦੇ ਵਿੱਚ ਜਿਹੜੇ ਹੋਰ ਨੋਨ ਫੋਰ ਹਾਕੀ. ਹਾਂਜੀ, ਅਤੇ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਟ੍ਰੇਨਿੰਗ ਰਜੀਮ 'ਚ ਇਹਨਾਂ ਦੀ ਜਿਹੜੀ ਖੁਰਾਕ ਸੀਗੀ, ਉਹ 'ਚ ਵੀ ਇੱਕ ਮੈਸੇਜ ਆਪਾਂ ਨੂੰ ਮਿਲਦੀ ਹੈ ਕਿ ਫਰੈਸ਼ ਫਰੂਟ ਖਾਓ, ਫਰੈਸ਼ ਫੂਡ ਹੋਵੇ. ਬਦਾਮਾਂ ਵਾਲਾ ਦੁੱਧ ਕਿਹਾ, ਅੱਜ ਕੱਲ੍ਹ ਕੋਈ ਵੀ ਡਾਈਟੀਸ਼ਨ ਨੂੰ ਪੁੱਛ ਲਓ, ਕਹਿਣਗੇ ਨਟਸ ਖਾਓ, ਉਹਦੇ 'ਚ ਬੜਾ ਪ੍ਰੋਟੀਨ ਹੈ. ਸੋ ਇਹ ਪਹਿਲਾਂ ਤੋਂ ਹੀ ਖਾ ਰਹੇ ਸੀਗੇ. ਐਂਡ ਸੋ ਦ ਮੈਸੇਜ ਦੇਰ ਇਜ਼ ਕਿ ਫਰੈਸ਼ ਫੂਡ ਖਾਓ, ਟ੍ਰੇਨਿੰਗ ਕਰੋ ਜਿੰਨੀ ਕਰ ਹੁੰਦੀ ਹੈ, ਉਹ ਸਿਹਤ ਲਈ ਅੱਛਾ. ਐਜ਼ ਦੇ ਸੇ, ਜਿਹੜੀ ਤੁਹਾਡੀ ਬੋਡੀ ਹੈ, ਯੋਰ ਬੋਡੀ ਇਜ਼ ਯੋਰ ਓਨ ਟੈਂਪਲ. ਇਹਦੀ ਜਿੰਨੀ ਪੂਜਾ ਕਰੋਗੇ, ਪੂਜਾ ਕਿਸ ਤਰ੍ਹਾਂ ਕਰ ਸਕਦੇ? ਅਤੇ ਟ੍ਰੇਨਿੰਗ ਕਰੋ, ਅੱਛੀ ਖੁਰਾਕ ਖਾਓ, ਪਰ ਫਰੈਸ਼ ਫਰੂਟ, ਗ੍ਰੀਨਸ, ਵੈਜੀਟੇਬਲ, ਫਰੈਸ਼ ਵੈਜੀਟੇਬਲਸ ਖਾਓ, ਨੋਟ ਪ੍ਰੋਸੈਸਡ ਫੂਡ. ਅਤੇ ਉਹ ਇਟਸ ਅ ਵੈਰੀ ਗੁੱਡ ਮੈਸੇਜ, ਜਿਹੜੀ ਕਿ ਅੱਜ ਕੱਲ੍ਹ ਕਈ ਵਾਰੀ ਆਪਾਂ 100-200 ਪਾਉਂਡ ਦੇ ਕੇ ਡਾਈਜੀਸ਼ਨ ਤੋਂ ਉਹ ਮੈਸੇਜ ਲੈਂਦੇ ਹਾਂ, ਅਤੇ ਮੇਰੇ ਨਾਲ ਜਿਹੜਾ ਪੈਨਲ ਬੈਠਾ, ਆਪਾਂ ਨੂੰ ਮੁਫ਼ਤ 'ਚ ਹੀ ਦੱਸੀ ਜਾ ਰਹੇ ਕਿ ਕੀ ਖਾਣਾ ਚਾਹੀਦਾ ਅਤੇ ਕੀ ਪੀਣਾ ਚਾਹੀਦਾ. ਅਤੇ ਤਾਰੀ ਹੋਣਾਂ ਦੇ ਆਲੇ ਦੁਆਲੇ ਜਿਹੜੇ ਪਲੇਅਰ ਉਸ ਵੇਲੇ ਖੇਡਦੇ ਹੁੰਦੇ ਸੀ, ਕਿਰਪਾਲ ਭਾਰਦਵਾਜ, ਅਨਫੋਰਚੁਨੇਟਲੀ ਲਾਸਟ ਵੀਕ ਹੀ ਉਹ ਚੜ੍ਹਾਈ ਕਰ ਗਏ ਨੇ, ਉਹ ਇਹਨਾਂ ਦੇ ਰਾਈਟ ਫੁੱਲ ਬੈਕ ਖੇਡਦੇ ਹੁੰਦੇ ਸੀ. ਹੋਰ ਇਹਨਾਂ ਦੇ ਨਾਲ ਸੁਰਜੀਤ ਸੀਨੀਅਰ ਸੈਂਟਰ ਆਫ ਖੇਡੇ ਨੇ, ਫਿਰ ਸੁਰਜੀਤ ਪਨੇਸਰ ਜਾ ਕੇ ਸੈਂਟਰ ਆਫ ਖੇਡੇ ਨੇ, ਫਿਰ ਉਹ ਬਾਅਦ 'ਚ ਫੁੱਲ ਬੈਕ ਖੇਡਣ ਲੱਗ ਪਏ. ਸੰਤੋਖ ਸਿੰਘ ਮਥਾਰੂ ਹੁੰਦੇ ਸੀ ਰਾਈਟ ਆਫ, ਬੜੇ ਅੱਛੇ ਮੰਨੇ ਗਏ ਨੇ ਕੀਨੀਆ ਦੇ. ਸੁਰਜੀਤ ਸਿੰਘ ਰੀਹਲ ਕੀਨੀਆ ਦੇ ਸੈਂਟਰ ਆਫ ਦੇ ਬਾਅਦ 'ਚ ਬਣੇ ਨੇ. ਦਵਿੰਦਰ ਡੀਗਨ ਇਨਸਾਈਡ ਪਲੇਅਰ ਸੀ, ਤਰਲੋਚਨ ਚਾਨਾ, ਰੇਸ਼ਮ ਬੇਨਜ਼, ਰਵਿੰਦਰ ਲਾਲੀ. ਮੈਂ ਥੋੜ੍ਹਾ ਜਿਹਾ ਜੇ ਅਜਾਇਬ ਸਿੰਘ ਹੁਣਾਂ ਨੂੰ ਪੁੱਛਾਂ ਕਿ ਇਹ ਜਿਹੜੇ ਪਲੇਅਰ ਮੈਂ ਮੈਂਸ਼ਨ ਕੀਤੇ ਨੇ, ਕਿ ਇਹਨਾਂ ਬਾਰੇ ਤੁਸੀਂ ਕੀ ਕਹੋਗੇ? I would say they were a good bunch of players. I don't think I played much against them. I was old then, so our team wasn't there. These young players, I think again, I would say that honor goes to the senior players, Surjit Singh, Avtar, Sindh, all these people. These young boys who came afterward, they learned most of the hockey from them, and they, you know, because those senior players created interest in them, and they carried on training, and they kept them together. I would say they were really good players, they're international players. Tari Paji, thonu je main ik sawal puchha ke thoda role model Surjit Singh Deol, ਤੁਸੀਂ ਉਹਨਾਂ ਦੇ ਜਿਹੜੀ ਉਹਨਾਂ ਨੇ ਤੁਹਾਨੂੰ ਸ਼ਿਕਸ਼ਾ ਦਿੱਤੀ, ਮਿਹਨਤ ਤੁਹਾਡੀ ਆਪਦੀ ਸੀ, ਗਾਈਡੈਂਸ ਉਹਨਾਂ ਦਾ ਸੀਗਾ, ਅਤੇ ਤੁਸੀਂ ਇੰਨੇ ਅੱਛੇ ਪਲੇਅਰ ਦੁਨੀਆ ਦੇ ਇੱਕ ਟਾਈਮ 'ਤੇ ਟੌਪ ਫੁੱਲ ਬੈਕ, ਇੰਨੇ ਰੈਕੋਰਡਸ ਅਚੀਵ ਕੀਤੇ ਨੇ, ਵਾਈ ਡੂ ਯੂ ਥਿੰਕ ਕਿ ਤੁਹਾਡਾ ਕੀਨੀਆ 'ਚ ਸਕਸੈਸ ਰਹਿਣੀ ਸੀ? ਹਾਂਜੀ, ਦੇਖੋ ਸਾਡੀ ਟੀਮ 'ਚ ਰਾਈਟ ਫਰੋਮ ਦਾ ਬਿਗਨਿੰਗ ਟ੍ਰੇਨਿੰਗ ਬਹੁਤ ਸੀਰੀਅਸਲੀ ਲਈ ਜਾਂਦੀ ਸੀ. ਦੇਖੋ ਜਦੋਂ ਅਸੀਂ ਟ੍ਰੇਨਿੰਗ ਕਰਦੇ ਸੀਗੇ ਸੰਡੇ ਨੂੰ, ਵੀਕਡੇਜ਼ 'ਚ ਜਿਹੜੀ ਟ੍ਰੇਨਿੰਗ ਹੁੰਦੀ ਸੀਗੀ, ਬਾਕੀ ਦੇਖੋ ਸੰਡੇ ਜੇ ਮੋਰਨਿੰਗ ਅਸੀਂ ਟ੍ਰੇਨਿੰਗ ਸਟਾਰਟ ਕਰਦੇ ਸੀ, 7 ਵਜੇ ਸਵੇਰ ਨੂੰ ਟ੍ਰੇਨਿੰਗ ਸਟਾਰਟ ਹੋ ਜਾਂਦੀ, ਪਹਿਲੀ ਬ੍ਰੇਕ ਆਉਂਦੀ ਸੀ 11 ਵਜੇ, ਤਾਂ ਜਿਹੜਾ 7 ਵਜੇ ਪਹੁੰਚਿਆ ਉਹ ਤਾਂ ਗਰਾਊਂਡ 'ਤੇ ਆ ਗਿਆ, ਤਾਂ ਜਿਹੜਾ ਜਦੋਂ ਫੁੱਲ ਹਾਊਸ ਹੋ ਗਿਆ ਉਹ ਫਿਰ 11 ਵਜੇ ਹੁਣ ਗੇਮ ਮਿਲਣੀ ਹੈ. ਉਹ 11 ਵਜੇ ਉਹਨਾਂ ਦੇਖੋ ਅੱਗੇ ਫਿਰ ਖੇਡਣਾ, 4 ਘੰਟਿਆਂ ਦੇ ਬਾਅਦ ਖੇਡਣਾ ਜਿਹਨਾਂ ਨੂੰ, ਉਹ ਮਤਲਬ ਕਾਫੀ ਸਟੇਨਸ ਹੋ ਜਾਂਦੀ ਸੀ. ਪਰ ਦੇਖੋ ਉਹ ਖੇਡਣ ਦੇ ਨਾਲ ਮਤਲਬ ਉਹ ਕੰਪੀਟੀਸ਼ਨ ਇੱਦਾਂ ਸੀਗਾ ਕਿ ਇੱਕ ਦੂਜੇ ਨਾਲ ਕੰਪੀਟੀਸ਼ਨ ਲਾ ਲਈਦਾ ਸੀ, ਤਾਂ ਉਹਨਾਂ ਇੰਪਰੂਵਮੈਂਟ ਬਹੁਤ ਹੁੰਦੀ ਸੀ. ਉਹ ਫਿਰ ਸਾਡੇ ਸੀਨੀਅਰ ਜਿਹੜੇ ਪਲੇਅਰ ਸੀਗੇ ਉਹ ਸਾਨੂੰ ਬੜੀ ਹੈਲਪ ਕਰਦੇ ਸੀ. ਮਤਲਬ ਮੈਂ ਤੁਹਾਨੂੰ ਦੱਸਾਂ ਕਿੱਦਾਂ ਹੁੰਦਾ ਸੀ ਕਿ ਜਦੋਂ ਅਸੀਂ ਖੇਡਦੇ ਸੀ ਸਾਨੂੰ ਇਨਕਰੇਜਮੈਂਟ ਬਹੁਤ ਮਿਲਦੀ ਸੀ ਸਾਡੇ ਪੇਰੈਂਟਸ ਕੋਲੋਂ, ਸਾਡੇ ਸੀਨੀਅਰ ਪਲੇਅਰਾਂ ਕੋਲੋਂ. ਜੇ ਉਹ ਇੱਦਾਂ ਨਹੀਂ ਸੀ ਸੋਚਦੇ ਕਿ ਅਵਤਾਰ ਮੇਰੇ ਨਾਲ ਬੈਟਰ ਨਾ ਹੋ ਜਾਵੇ, ਮੈਂ ਯੂਨੋ ਇੱਦਾਂ ਦੀ ਗੱਲ ਨਹੀਂ ਸੀ. ਉਹ ਇਨਕਰੇਜਮੈਂਟ ਇੱਦਾਂ ਸੀ ਕਿ ਇਹਨਾਂ ਨੂੰ ਅਸੀਂ ਪਲੇਅਰ ਬਣਾਉਣਾ. ਸੋ ਅਸੀਂ ਜੋ ਕੁਛ ਉਹਨਾਂ ਕੋਲੋਂ ਲਰਨ ਕੀਤਾ ਉਹ ਅਸੀਂ ਵਾਪਸ ਆਪਣੇ ਪਲੇਅਰਾਂ, ਜਿਹੜੇ ਮੈਨੂੰ ਜੂਨੀਅਰ ਪਲੇਅਰ ਵਾਪਸ ਆਏ ਹੈ, ਅਸੀਂ ਉਹਨਾਂ ਨੂੰ ਟਰਾਈ ਕੀਤੀ ਹੈ ਕਿ ਮੈਕਸੀਮਮ ਉਹ ਸਾਡੇ ਕੋਲ ਲਰਨ ਕਰਨ. ਉਹਨਾਂ ਦਾ ਐਕਸਪੋਜਰ ਕੀਤਾ ਹੈ. ਮੈਂ ਟੀਮ ਲੈ ਜੋ ਟੀਮ ਬਣ ਗਈ, ਫਿਰ ਅਸੀਂ ਇੱਦਾਂ ਕਰਦੇ ਸੀ ਕਿ ਟੀਮ ਨੂੰ ਲੈ ਕੇ ਜਾਣਾ. ਤੁਸੀਂ ਦੇਖਿਆ ਹੋਣਾ ਕਿ ਇਨ ਬਿਟਵੀਨ ਸਾਡੀ ਸਿੱਖ ਯੂਨੀਅਨ ਦੀ ਟੀਮ,
ਅਸੀਂ 7 ਸਾਲ ਕੰਜ਼ੈਕਟਿਵ ਇੱਕ ਕੱਪ ਨਹੀਂ ਹਾਰੇ 7 ਕੰਜ਼ੈਕਟਿਵ ਈਅਰਸ ਵੀ ਪਲੇਡ ਇਨ ਈਸਟ ਅਫਰੀਕਾ ਸਾਰੇ ਕੱਪ ਚੱਕੇ ਕਿੱਦਾਂ ਸੀ ਮੇਰੀ ਸਟੇਟਮੈਂਟ ਹੁੰਦੀ ਸੀ ਜਦੋਂ ਪਹਿਲਾ ਸੀਜ਼ਨ ਖਤਮ ਹੋ ਜਾਏ ਉਹ ਸਟੇਟਮੈਂਟ ਦਿੰਦੇ ਸੀ ਕਿ ਵੀ ਆਰ ਗੋਇੰਗ ਟੂ ਵਾਈਪ ਅਗੇਨ ਆਲ ਦਾ ਟਰੋਫੀਜ਼ ਨੈਕਸਟ ਈਅਰ ਹੈ ਨਾ ਔਰ ਮੁੰਡਿਆਂ ਨੂੰ ਇਨਕਰੇਜ ਕਰਦਾ ਸੀ ਔਰ ਉਹਨੂੰ ਕਿਹਾ ਸੀ ਕਿ ਤੁਸੀਂ ਹਾਰਡ ਵਰਕ ਕਰਨਾ ਔਰ ਦੇ ਵਿਲ ਲਿਸਨ ਔਰ ਉਹਦੇ ਨਾਲ ਤੁਸੀਂ ਦੇਖੋ ਸੁਰਜੀਤ ਸਿੰਧ ਸੰਤੋਖ ਮੁੰਡੇ ਆਪਣੇ ਅੱਛੇ ਪਲੇਅਰ ਬਣੇ ਨਹੀਂ ਦੇ ਲਰਨ ਗੁੱਡ ਹਾਕੀ ਐਂਡ ਉਹਦੇ ਨਾਲ ਕਾਫੀ ਪਲੇਅਰ ਆਪਣੇ ਨੈਸ਼ਨਲ ਟੀਮ ਵਾਸਤੇ ਖੇਡੇ ਓਕੇ ਇੱਕ ਮੈਂ ਓਬਵੀਅਸਲੀ ਜਿਹੜਾ ਮੇਰਾ ਪੈਨਲ ਹੈ ਕੇਨੀਆ ਦੇ ਨਾਲ ਬੈਕਗਰਾਊਂਡ ਹੈ ਅਤੇ ਯੁਗਾਂਡਾ ਦੇ ਨਾਲ ਬੈਕਗਰਾਊਂਡ ਹੈ ਅਤੇ ਇੱਕ ਸਵਾਲ ਤਾਰੀ ਭਾਅ ਤੁਹਾਡੇ ਲਈ ਛੋਟੇ ਜਿਹੇ 'ਚ ਤੁਸੀਂ ਇਹਦੀ ਆਨਸਰ ਕਰ ਸਕਦੇ ਕਿ ਕੇਨੀਆ ਦੀ ਅਤੇ ਯੁਗਾਂਡਾ ਦੀ ਹਾਕੀ 'ਚ ਕੀ ਖਾਸ ਫਰਕ ਆ ਦੇਖੋ ਸਾਡੇ ਬਹੁਤ ਵੱਡਾ ਡਿਫਰੈਂਸ ਨਹੀਂ ਸੀਗਾ ਮਤਲਬ ਵੀ ਆਲਵੇਜ਼ ਇੰਜੋਇਡ ਅਵਰ ਹਾਕੀ ਵਿਦ ਯੁਗਾਂਡਾ ਔਰ ਸਾਡੇ ਮੁੰਡੇ ਬੜੇ ਅੱਛਾ ਖੇਡਦੇ ਸੀਗੇ ਔਰ 1972 ਦੇ ਵਿੱਚ ਦੇ ਹੈਡ ਏ ਵੈਰੀ ਗੁੱਡ ਟੀਮ ਗ੍ਰੈਜੂਅਲੀ ਜਦੋਂ ਸਾਡਾ ਐਕਸਪੋਜਰ ਮਤਲਬ ਅਸੀਂ ਮਿਲਣਾ ਇੱਕ ਦੂਜੇ ਨਾਲ ਖੇਡਣਾ ਸ਼ੁਰੂ ਕੀਤਾ ਜਦੋਂ ਇੰਡੀਆ ਦੀ ਟੀਮ ਵੀ ਜਾਂ ਪਾਕਿਸਤਾਨ ਦੀ ਟੀਮ ਆਉਂਦੀ ਸੀ ਅਸੀਂ ਉਹਨਾਂ ਨੂੰ ਵੀ ਯੁਗਾਂਡੇ ਭੇਜਦੇ ਸੀਗੇ ਸੋ ਦੇ ਯੂਜ਼ ਟੂ ਪਲੇ ਸੋ ਵਟ ਹੈਪਨ ਉਹ ਐਕਸਪੋਜਰ ਦੇ ਨਾਲ ਈਵਨ ਦੇ ਇੰਪਰੂਵਡ ਜਦੋਂ ਸਾਡੀ ਟ੍ਰੇਨਿੰਗ ਜ਼ਿਆਦਾ ਹੁੰਦੀ ਜਿੱਦਾਂ ਅਸੀਂ ਕਿਹਾ ਸੀਗਾ ਉਹਨਾਂ ਦੀ ਟ੍ਰੇਨਿੰਗ ਸ਼ਾਇਦ ਘੱਟ ਹੁੰਦੀ ਹੋਏਗੀ ਪਰ ਬੇਸਿਕਲੀ ਹਾਕੀ ਵਾਈਜ਼ ਐਨਾ ਡਿਫਰੈਂਸ ਨਹੀਂ ਸੀ ਹੈ ਜਿੱਥੇ ਤਾਈਂ ਮੈਨੂੰ ਪਤਾ ਲੱਗਿਆ ਇਸ ਕੁਐਸਚਨ ਬਾਰੇ ਅਤੇ ਕਈ ਸੁਣਨ ਦੀਆਂ ਗੱਲਾਂ ਨੇ ਕਿ ਮੈਂ ਅਜੈਬ ਸਿੰਘ ਹੋਣਾ ਨੂੰ ਇਹ ਕੁਐਸਚਨ ਪੁੱਛਾਂਗਾ ਕਿ ਬਹੁਤੇ ਲੋਕ ਕਹਿੰਦੇ ਨੇ ਕਿ ਯੁਗਾਂਡਾ ਅਤੇ ਕੇਨੀਆ ਦੀ ਹਾਕੀ 'ਚ ਖਾਸ ਡਿਫਰੈਂਸ ਨਹੀਂ ਸੀ ਪਰ ਛੋਟਾ ਜਿਹਾ ਇੱਕ ਇਸ਼ੂ ਸੀਗਾ ਅਤੇ ਉਹ ਡਿਫਰੈਂਸ ਸੀ ਕਿ ਅਵਤਾਰ ਸਿੰਘ ਸੋਹਲ ਅਗਰ ਤੁਸੀਂ ਕੇਨੀਆ ਦੀ ਟੀਮ 'ਚ ਅਵਤਾਰ ਸਿੰਘ ਸੋਹਲ ਨੂੰ ਕੱਢ ਦਿਉ ਅਤੇ ਫਿਰ ਯੁਗਾਂਡਾ ਦੀ ਟੀਮ ਇਜ਼ ਆਲਮੋਸਟ ਐਜ਼ ਗੁੱਡ ਐਜ਼ ਕੇਨੀਆ ਅਜੈਬ ਸਿੰਘ ਜੀ ਤੁਸੀਂ ਕੀ ਕਹੋਗੇ ਇਹਦੇ ਬਾਰੇ Partly, I'll agree with that. The reason why I said, Avtar was the difference, because on the pitch, if you compare individual players one against one, I think most of the Uganda and Kenya players were just equal. But Avtar excelled in taking a penalty corner, and he was so good at that. And then every time they got a penalty corner, and he scored, and we used to lose because of the penalty corner. Otherwise, on the pitch, I mean, I haven't seen anyone. Oh, Kenya forwards are really good, Devinder Lali and all this, really good, but they could not score against us in the open play. The only time they scored against us was in penalty corner, and Tari was the one. And that's it. Eh, unjo tusi sun rahe ho ke 1972 ch vi ehi issue si. ਅਤੇ ਅੱਜ ਕੱਲ੍ਹ ਦੀ ਮਾਡਰਨ ਹਾਕੀ 'ਚ ਵੀ ਜਿਹੜੀ ਟੀਮ ਦਾ ਸੈੱਟ ਪੀਸ ਪੈਨਲਟੀ ਕੋਰਨਰ ਅੱਛਾ ਹੋਵੇ ਡੀ ਦੇ ਬਾਹਰ ਜਿਹੜੀ ਉਹਨਾਂ ਦੀਆਂ ਫ੍ਰੀ ਹਿੱਟਸ ਵਗੈਰਾ ਅੱਛੀਆਂ ਹੋਣ ਅਤੇ ਉਹ ਹਮੇਸ਼ਾ ਹੀ ਕਾਮਯਾਬ ਰਹੇਗੀ ਸੋ ਆਲਦੋ ਹਾਕੀ ਚੇਂਜ ਹੋ ਰਹੀ ਹੈ ਰੂਲ ਚੇਂਜ ਹੋ ਰਹੇ ਨੇ ਪਰ ਜਿਹੜੇ ਬੇਸਿਕਸ ਨੇ ਉਹਨਾਂ ਦੇ ਸੈੱਟ ਪੀਸਿਸ ਅੱਛੇ ਹੋਣ ਥੋੜ੍ਹੀ ਫਿਟਨੈਸ ਅੱਛੀ ਹੋਵੇ ਦੈਨ ਦੈਟ ਟੀਮ ਵਿਲ ਵਿਨ ਐਨ ਐਗਜ਼ਾਮਪਲ ਆਈ ਕੈਨ ਗਿਵ ਯੂ ਇਜ਼ 1990 ਦਾ ਵਰਲਡ ਕੱਪ ਪਾਕਿਸਤਾਨ ਦੀ ਇੰਨੀ ਅੱਛੀ ਟੀਮ ਪਾਕਿਸਤਾਨ ਦੇ ਵਿੱਚ ਵਰਲਡ ਕੱਪ ਹੋ ਰਿਹਾ ਹੋਲੈਂਡ ਦੇ ਅਗੇਂਸਟ ਅਤੇ ਹੋਲੈਂਡ ਜਿੱਤ ਗਈ ਉਹ ਕਿਉਂਕਿ ਬੋਬਲੈਂਡਰ ਉਹਨਾਂ ਦਾ ਇੱਕ ਪਲੇਅਰ ਹੁੰਦਾ ਸੀ ਉਹ ਕੋਰਨਰ 'ਤੇ ਇੰਨਾ ਸਪੈਸ਼ਲਿਸਟ ਸੀ ਕਿ ਉਹ ਕੋਰਨਰਾਂ 'ਤੇ ਹੀ ਉਹ ਜਿੱਤ ਗਿਆ ਹਾਲਾਂਕਿ ਪਾਕਿਸਤਾਨ ਦੀ 1990 ਦੇ ਵਿੱਚ ਟੀਮ ਆਈ ਰੈਕਨ ਇਜ਼ ਪ੍ਰੋਬਲੀ ਵਨ ਆਫ ਦਾ ਬੈਸਟ ਟੀਮਸ ਇਨ ਦਾ ਮਾਡਰਨ ਹਾਕੀ ਹੁਣ ਆਪਾਂ ਤਾਰੀ ਭਾਅ ਜੀ ਥੋੜ੍ਹਾ ਬਹੁਤ ਡਿਮਾਈਜ਼ ਆਫ ਹਾਕੀ ਇਨ ਕੇਨੀਆ ਨੋਟ ਇਨ ਕੇਨੀਆ ਸਿੱਖਾਂ 'ਚ ਵੀ ਸਿੱਖ ਕਮਿਊਨਿਟੀ 'ਚ ਵੀ ਹਾਕੀ ਘਟੀ ਜਾ ਰਹੀ ਹੈ ਇੰਡੀਆ 'ਚ ਚਲੋ ਥੋੜ੍ਹੀ ਜਿਹੀ ਹੁਣ ਚੜ੍ਹਾਈ ਹੈਗੀ ਆ ਪਰ ਹੋਰ ਮੁਲਕਾਂ 'ਚ ਯੂਕੇ ਦੇ ਵਿੱਚ ਹਾਕੀ ਦੀ ਇੰਨੀ ਖਾਸ ਉਤਸ਼ਾਹ ਨਾਲ ਨਹੀਂ ਕੋਈ ਯੰਗਸਟਰ ਆਪਣੇ ਖੇਡਦੇ ਅਤੇ ਪਰ ਕੇਨੀਆ ਵਿੱਚ ਤਾਰੀ ਭਾਅ ਜੀ ਵੋਟ ਯੂ ਥਿੰਕ ਕਿ ਡਿਮਾਈਜ਼ ਆਫ ਹਾਕੀ ਇਨ ਕੇਨੀਆ 1970s ਦੇ ਵਿੱਚ ਜਿਹੜੀ ਚੌਥੇ ਨੰਬਰ 'ਤੇ ਟੀਮ ਹੁੰਦੀ ਸੀ ਅੱਜ ਮੈਨੂੰ ਲੱਗਦਾ ਕਿ ਰੈਂਕਿੰਗ ਦੇ ਵਿੱਚ ਹੈ ਹੀ ਨਹੀਂ ਕੀ ਰੀਜ਼ਨ ਹੈ ਜੀ ਪਹਿਲਾ ਰੀਜ਼ਨ ਤਾਂ ਹੈ ਕਿ 1968 'ਚ ਜਦੋਂ ਐਕਸੋਡਸ ਹੋਇਆ ਸੀ ਨਾ ਕੇਨੀਆ ਗਵਰਨਮੈਂਟ ਨੇ ਆਪਣੇ ਸਾਰੇ ਸਿਟੀਜ਼ਨ ਨੂੰ ਕਿਹਾ ਸੀ ਕਿ ਸਾਨੂੰ ਇੰਡੀਪੈਂਡੈਂਸ 1963 'ਚ ਮਿਲੀ ਤਾਂ ਉਹਨਾਂ ਨੇ 5 ਸਾਲ ਦਿੱਤੇ ਸੀ ਕਿ ਤੁਸੀਂ 5 ਸਾਲ 'ਚ ਡਿਸਾਈਡ ਕਰ ਲਓ ਕਿ ਤੁਸੀਂ ਬ੍ਰਿਟਿਸ਼ ਰਹਿਣਾ ਕਿ ਤੁਸੀਂ ਕਿੰਨੀਆਂ ਸਿਟੀਜ਼ਨਸ਼ਿਪ ਲੈਣੀ ਹੈ ਤਾਂ ਮੇਰੇ ਖਿਆਲ 'ਚ ਜਦੋਂ 68 ਹੈ ਸਾਡਾ ਜਿਹੜਾ ਸੈਕਿੰਡ ਬੈਚ ਸਾਡੀ ਸਟਰੈਂਥ ਬਣ ਰਹੀ ਸੀ ਮਤਲਬ ਅਸੀਂ ਬਣਾ ਰਹੇ ਸੀ ਸਾਡੀ ਰਿਟਾਇਰਮੈਂਟ ਬਾਅਦ ਉਹ ਲੈਣਗੇ ਸਾਡੀ ਜਗ੍ਹਾ ਉਹ ਮਾਈਗ੍ਰੇਟ ਹੋ ਗਏ ਕੈਨੇਡਾ ਅਮੈਰੀਕਾ ਯੂਕੇ ਬਹੁਤ ਆਏ ਨਿਊਜ਼ੀਲੈਂਡ ਸਾਰੇ ਪਾਸੇ ਉਹਨਾਂ ਕੀ ਫਰਕ ਪਿਆ ਕਿ ਸਾਡੀ ਜਿਹੜੀ ਸੈਕਿੰਡ ਸਟਰੈਂਥ ਟੀਮ ਸੀਗੀ ਉਹ ਕੰਪਲੀਟਲੀ
ਬਾਹਰ ਚਲੇ ਗਈ। ਫਿਰ ਸਾਡੇ ਕੋਲ ਹੁਣ ਜਿਹੜੀ ਥਰਡ ਸਟਰੈਂਥ ਸੀਗੀ, ਉਹ ਵੀ ਉਸ ਟਾਈਮ 'ਤੇ ਜਦੋਂ ਸਾਨੂੰ ਇੰਡੀਪੈਂਡੈਂਸ ਮਿਲ ਗਈ, ਫਿਰ ਉਹਨਾਂ ਨੇ ਸਾਡੇ ਸਕੂਲ ਜਿਹੜੇ ਸੀਗੇ ਸੈਪਰੇਟ ਹੁੰਦੇ ਸੀਗੇ, ਏਸ਼ੀਅਨ ਸਕੂਲ ਸੈਪਰੇਟ, ਯੂਰੋਪੀਅਨ ਸਕੂਲ ਸੈਪਰੇਟ, ਅਫਰੀਕਨ ਆ, ਫਿਰ ਉਹ ਇਕੱਠੇ ਮਤਲਬ ਉਹਨਾਂ ਨੂੰ ਫਿਰ ਇਕੱਠਿਆ ਕੀਤਾ ਉਹਨਾਂ ਨੂੰ ਸਕੂਲਾਂ ਨੂੰ। ਫਿਰ ਸਾਡੇ ਜਿਹੜੇ ਟੀਚਰ ਜਿਹੜੇ ਸਾਨੂੰ ਟੀਚ ਕਰਦੇ ਹੁੰਦੇ ਸੀ ਹੋਕੀ ਸਕੂਲਾਂ ਦੇ ਵਿੱਚ, ਉਹ ਆਲਸੋ ਮਾਈਗ੍ਰੇਟ ਹੋ ਗਏ ਸੀ। ਸੋ ਫਿਰ ਡਿਪਰੈਸ਼ਨ ਪੈ ਗਿਆ ਨਾ, ਕਾਫੀ ਪੈ ਗਿਆ। ਮਤਲਬ ਸਾਡੀ ਹੁਣ ਹੋਕੀ ਚੱਲ ਗਈ ਕੋਈ 10-15 ਸਾਲ ਪਿੱਛੇ ਚੱਲ ਗਈ, ਉਹਨਾਂ ਬੜਾ ਫਰਕ ਪਿਆ। ਫਿਰ ਹੌਲੀ ਹੌਲੀ ਜਦੋਂ ਉਹਨੂੰ ਬਿਲਡ ਕੀਤਾ, ਫਿਰ ਕਾਲਿਆਂ ਨੂੰ ਵੀ ਇਨਵੋਲਵ ਕੀਤਾ, ਫਿਰ ਉਹ ਕਾਲਿਆਂ ਨੇ ਵੀ ਸਕੂਲਾਂ ਦੇ ਵਿੱਚ ਹੋਕੀ ਲਰਨ ਕੀਤੀ। ਫਿਰ ਦੂਸਰੀ ਗੱਲ ਸੀ ਕਿ ਪਹਿਲੇ ਟਾਈਮ 'ਤੇ ਜਦੋਂ ਅਸੀਂ ਹੋਕੀ ਖੇਡਦੇ ਸੀ, ਉਦੋਂ ਪ੍ਰਾਇਮਰੀ ਸਕੂਲ 'ਚ ਹੋਕੀ ਬਹੁਤ ਹੁੰਦੀ ਸੀ, ਮਤਲਬ ਬੇਸਿਕ ਅਸੀਂ ਉੱਥੋਂ ਲਰਨ ਕਰਦੇ ਸੀ। ਉਹ ਸਲੋਲੀ ਸਲੋਲੀ ਉਹ ਹੋਕੀ ਉੱਥੋਂ ਡਿਮਿਨਿਸ਼ ਹੋ ਗਈ, ਮਤਲਬ ਪ੍ਰਾਇਮਰੀ ਸਕੂਲ 'ਚ ਦੇਰ ਇਜ਼ ਨੋ ਹੋਕੀ। ਹੁਣ ਜਿਹੜੀ ਬੇਸਿਕ ਵੀ ਲਰਨ ਕਰਦੇ ਆ, ਉਹ ਜਦੋਂ ਸੈਕੰਡਰੀ ਸਕੂਲ 'ਤੇ ਜਾਂਦੇ ਆ ਉਦੋਂ ਲਰਨ ਕਰਦੇ ਆ। ਉਹ 'ਚ ਉਹ ਪਹਿਲਾਂ ਤੁਸੀਂ ਬੇਸਿਕ ਲਰਨ ਕਰੋ, ਫਿਰ ਤੁਸੀਂ ਇੰਟਰਨੈਸ਼ਨਲ ਪਲੇਅਰ ਬਣਨਾ, ਬੜਾ ਮੁਸ਼ਕਲ ਹੋ ਜਾਂਦਾ ਸੀ। ਸੋ ਬੇਸਿਕਲੀ ਇੱਕ ਵੈਕਿਊਮ ਜਿਹਾ ਕ੍ਰੀਏਟ ਹੋ ਗਿਆ, ਜਿਹੜਾ ਸੋਸ਼ਲ ਇਕਨੋਮਿਕ ਰੀਜ਼ਨਸ ਕਰਕੇ, ਜਿਹੜੀ ਇਮੀਗ੍ਰੇਸ਼ਨ ਰੀਜ਼ਨਸ ਕਰਕੇ, ਐਂਡ ਆਮ ਸ਼ੋਰ ਇੰਗਲੈਂਡ ਹੋਕੀ ਬੈਨੀਫਿਟਡ ਵਿਦ ਦੈਟ। ਕਈ ਪਲੇਅਰ ਕੇਨੀਆ ਦੇ ਜਿਹੜੇ ਜੰਮੇ ਪਲੇ ਮੁੰਡੇ ਬਲਸਾਈਨੀ, ਸਤੀ ਕੇਹਰ, ਉਹ ਫਿਰ UK ਦੇ ਵਿੱਚ GB ਦੀ ਟੀਮ, ਇੰਗਲੈਂਡ ਦੀ ਟੀਮ ਦੇ ਵਿੱਚ ਖੇਡੇ ਨੇ। 1976 ਅਤੇ 1980 ਦੀਆਂ ਓਲੰਪਿਕਸ ਦੋਨੇ ਹੀ ਕੇਨੀਆ ਨੇ ਬੋਇਕਾਟ ਕਰਤੀਆਂ ਬਿਕੋਜ਼ ਆਫ ਪੋਲੀਟੀਕਲ ਰੀਜ਼ਨਸ, ਉਹਦਾ ਕਿੰਨਾ ਕੁ ਨੁਕਸਾਨ ਹੋਇਆ ਕੇਨੀਆ ਨੂੰ? ਦੇਖੋ, ਤੁਸੀਂ ਜੇ ਪ੍ਰਪੇਅਰ ਕਰਦੇ ਆ ਗੇਮ, ਕੋਈ ਓਲੰਪਿਕ ਗੇਮ ਤੁਸੀਂ ਪ੍ਰਪੇਅਰ ਕਰਨਾ, ਤੁਸੀਂ 4 ਸਾਲ ਵਾਸਤੇ ਟ੍ਰੇਨਿੰਗ ਕਰਦੇ, ਠੀਕ ਹੈ ਨਾ? ਜੇ 4 ਸਾਲਾਂ ਦੇ ਬਾਅਦ ਦੇਖੋ, ਹੁਣ ਜੇ ਮੈਂ 4 ਸਾਲਾਂ 'ਤੇ ਜੇ 20-25 ਸਾਲ ਦਾ ਹੈਗਾ, ਤਾਂ ਤੁਸੀਂ 2 ਓਲੰਪਿਕਸ ਨਾ ਖੇਡੇ ਜਾਂ 8 ਸਾਲ ਨਾ ਖੇਡੇ, ਯੂ ਆਰ ਆਲਰੇਡੀ ਆਊਟ ਆਫ ਦਾ ਐਕਸ਼ਨ ਜੀ। ਤਾਂ ਉਹਦੇ ਨਾਲ ਬੜਾ ਡਿਫਰੈਂਸ ਪਿਆ। ਮਤਲਬ ਜਦੋਂ ਦੇਖੋ, ਅਸੀਂ ਆਪਣੇ ਆਪ ਨੂੰ ਪ੍ਰਿਪੇਅਰ ਕੀਤਾ ਸੀ 76 ਓਲੰਪਿਕਸ ਵਾਸਤੇ, ਪਰ ਉਹ ਬਾਈਕਆਊਟ ਕਰਕੇ ਪਾਰਟੀਸਪੇਟ ਨਹੀਂ ਕਰ ਸਕੇ। ਫਿਰ ਜਿਹੜੇ ਉਹ ਮੁੰਡੇ ਉਸ 'ਤੇ ਖੇਡਣਾ ਸੀ, ਦੇ ਗੋਟ ਡਿਸਕਰੇਜ, ਫਿਰ ਉਹ 1980 ਤੱਕ ਦੇਖੋ ਨੋਟ ਲਾਸਟ ਨਾ। ਸੋ 1980 ਦੇ ਜਿਹੜੇ ਸੀ ਦੇਖੋ ਨੋਟ ਲਾਸਟ ਫਰਦਰ ਜੀ, ਫਿਰ ਉਹਨਾਂ ਬੜਾ ਹੋਇਆ। ਫਿਰ ਅਸੀਂ ਫਿਰ ਬਿਲਡ ਕੀਤੀ ਟੀਮ, ਦੈਨ ਵੀ ਵੈਂਟ ਇਨ ਟੂ 84। ਮਤਲਬ ਸਰ 8 ਸਾਲ ਦਾ ਕਾਫੀ ਫਰਕ ਪੈ ਗਿਆ ਜੀ। ਸੋ ਚਲੋ, ਕੇਨੀਆ 'ਚ ਤਾਂ ਇਹ ਇਸ਼ੂਜ਼ ਵਗੈਰਾ ਸੀਗੇ, ਸੋਸ਼ਲ ਇਕਨੋਮਿਕ ਇਸ਼ੂਜ਼, ਇਮੀਗ੍ਰੇਸ਼ਨ ਇਸ਼ੂਜ਼, ਇਹ ਇਸ਼ੂਜ਼ ਜੇ ਮੈਂ ਅਜੈਬ ਸਿੰਘ ਔਰ ਅਜਮੇਰ ਸਿੰਘ ਉਹਨਾਂ ਨੂੰ ਪੁੱਛਾਂ ਕਿ UK ਦੇ ਵਿੱਚ ਕੀ ਇਸ਼ੂਜ਼ ਨੇ, ਵਾਈ ਇਜ਼ ਹੋਕੀ ਇਨ ਆਪਣੀ ਏਸ਼ੀਅਨ ਕਮਿਊਨਿਟੀ, ਸਿੱਖਾਂ ਦੀ ਕਮਿਊਨਿਟੀ 'ਚ, ਸਿੱਖਾਂ ਦੇ ਕਲੱਬ, ਇਹ UK ਦੇ ਵਿੱਚ ਕਿਉਂ ਇਹਦੀ ਚੜ੍ਹਾਈ ਹੈਣੀ ਇੰਨੀ ਜਿੰਨੀ ਹੋਣੀ ਚਾਹੀਦੀ ਹੈ? ਜਦੋਂ ਯੂਗੈਂਡਾ ਅਤੇ ਕੇਨੀਆ ਤੋਂ ਜਿਹੜੇ ਆਪਣੇ ਸਿੱਖ ਆਏ ਸੀ ਸਾਰੇ, ਦੇਅਰ ਖਿਡਸ ਦੇ ਵੇਅਰ ਵੈਰੀ ਮੱਚ ਇੰਟਰਸਟ, ਉਹਨਾਂ ਦਾ ਬੇਸ ਨਾ ਉੱਥੇ ਯੂਗੈਂਡਾ ਅਤੇ ਕੇਨੀਆ ਬਣਿਆ ਹੋਇਆ ਸੀਗਾ ਹੋਕੀ ਦਾ। ਸੋ ਇੱਥੇ ਆ ਕੇ ਦੇ ਵੇਅਰ ਸੋ ਇੰਟਰਸਟਡ, ਇੱਥੇ ਆ ਕੇ ਸ਼ੁਰੂ ਕੀਤੇ। ਇੱਥੇ ਜਿਹੜੇ ਐਲਡਰਲੀ ਬੰਦੇ ਸੀ, ਜਿਹੜੇ ਮਾਈ ਬ੍ਰਦਰ ਵਾਸ ਹੈ, ਐਵਰੀਵੇਅਰ ਯੂ ਲਾਈਕ ਯੂ ਸਟਾਰਟਡ ਅ ਟੀਮ ਇਨ ਬਰਮਿੰਗਮ, ਵੀ ਸਟਾਰਟਡ ਇਨ ਲੈਸਟਰ, ਦੇ ਵੇਅਰ ਲੰਡਨ, ਸਾਰੀਆਂ ਟੀਮਾਂ ਸ਼ੁਰੂ ਹੋ ਗਈਆਂ। ਲੇਕਿਨ ਉਸ ਤੋਂ ਬਾਅਦ ਜਿਹੜੇ ਇੱਥੇ ਦੇ ਬੋਰਨ ਕਿਡਸ ਹੈਗੇ ਨਾ, ਉਹਨਾਂ ਦਾ ਐਟੀਟਿਊਡ ਕੰਪਲੀਟਲੀ ਚੇਂਜ ਹੋ ਗਿਆ। ਦੇਰ ਵਾਸ ਟੈਕਨੋਲੋਜੀ, ਕੰਪਿਊਟਰਸ, ਵੀਡੀਓਜ, ਦੇ ਲੋਟ ਆਫ ਡਿਸਟਰੈਕਸ਼ਨਸ, ਐਂਡ ਦੇ ਵੇਅਰ ਨੋਟ ਨਾਟ ਬਿਕੋਜ਼ ਦੇ ਵੇਅਰ ਗੋਇੰਗ ਟੂ ਇੰਗਲਿਸ਼ ਸਕੂਲਸ ਐਂਡ ਆਲ ਦਿਸ, ਦੇ ਮੇਨ ਗੇਮ ਵਾਸ ਫੁੱਟਬਾਲ ਔਰ ਰਗਬੀ, ਐਂਡ ਈਵਨ ਇਨ ਦ ਸਕੂਲਸ ਇਨ ਦੋਜ਼ ਡੇਜ਼ ਦੇਰ ਇਜ਼ ਵੈਰੀ ਲਿਟਲ ਹੋਕੀ। ਦ ਗਰਲਸ, ਦ ਲੇਡੀਜ਼ ਪਲੇਡ ਹੋਕੀ, ਬਟ ਦ ਬੋਇਜ਼, ਦ ਮੈਨਸ, ਦੇ ਵੈਰੀ ਲਿਟਲ ਹੋਕੀ। ਸੋ ਯੂ ਨੋ ਦੇ the interest, they lost the interest there. Okay, jis tarah apan sun rahe ne ke jehdi hockey revive karan nu chahe Kenya ch chahe UK ch sikhan ch hockey revive karan nu, obviously parents da bahut vadda role play karna chahida, apne jehde guru ghar ne unna nu hockey sports bare kuch karna chahida, shuru karna chahida. Hun apne kafi Sikh faith schools ho gaye ne, unna de vich koi Sikh sports da curriculum ਐਕਟਿਵ ਹੋਣਾ ਚਾਹੀਦਾ। ਬਹੁਤ ਸਾਰੇ ਇੰਡੀਵਿਜੁਅਲਸ ਹੈਗੇ ਜਿਹੜੇ ਹੈਲਪ ਵੀ ਕਰ ਸਕਦੇ ਨੇ ਇਹ ਚੀਜ਼ਾਂ ਨੂੰ, ਅਤੇ ਸੋ ਦੈਟ ਬੇਸਿਕਲੀ ਇਜ਼ ਮੋਰ ਔਰ ਲੈਸ ਐਨ ਐਕਸ਼ਨ ਪਲਾਨ ਫੋਰ ਆਲ ਆਫ ਅਸ, ਕਿ ਸਾਨੂੰ ਸਪੋਰਟਸ ਆਪਣੀ ਅੱਛੀ ਸਿਹਤ ਲਈ। ਦੇਖੋ, ਤੁਸੀਂ ਕਿਸੇ ਯੰਗਸਟਰ ਨੂੰ ਪੁੱਛੋ ਕੀ ਖੇਡਣਾ ਚਾਹੁੰਦਾ, ਅਤੇ ਉਹ ਬੱਚਾ ਕਹੇਗਾ ਮੈਂ ਫੁੱਟਬਾਲ ਖੇਡਣਾ ਕਿਉਂਕਿ ਮੈਂ ਪ੍ਰੋਫੈਸ਼ਨਲ ਬਣਨਾ, ਮੈਂ ਫਰਾਰੀ ਗੱਡੀ ਚਲਾਉਣੀ ਹੈ, ਅਤੇ
ਮੇਰੇ ਅੱਗੇ ਪਿੱਛੇ ਸੋਹਣੀਆਂ ਸੋਹਣੀਆਂ ਕੁੜੀਆਂ ਫਿਰਦੀਆਂ ਰਹਿਣਗੀਆਂ ਅਤੇ ਹੋਰ ਵਗੈਰਾ, ਪਰ ਇਨ ਰਿਐਲਿਟੀ ਇਹ ਚੀਜ਼ ਹੋ ਨਹੀਂ ਸਕਦੀ ਕਿਉਂਕਿ ਆਪਣੇ ਕਲਚਰ 'ਚ ਇੱਕ ਆਪਾਂ ਸਟੇਟ ਸੋਸ਼ਲ ਸਟੇਟਸ ਵੀ ਬਣਾਉਣਾ ਹੁੰਦਾ ਹੈ। ਸੋ ਆਪਦੇ ਬੱਚਿਆਂ ਲਈ ਕੋਈ ਅੱਛੀ ਸਪੋਰਟ ਚੁਣੋ, ਉਹਨਾਂ ਨੂੰ ਸਪੋਰਟ 'ਤੇ ਲਾਓ, ਉਹਨਾਂ ਦੇ ਉਹਨਾਂ ਦੀ ਦੇਖਭਾਲ ਕਰੋ, ਉਹਨਾਂ 'ਚ ਇੰਟਰਸਟ ਲਓ। ਇੱਦਾਂ ਨਹੀਂ ਕਿ ਉਹਨਾਂ ਨੂੰ ਹੋਕੀ ਖੇਡਣ ਲਈ ਛੱਡਤਾ ਅਤੇ ਆਪ ਜਾ ਕੇ ਸ਼ੋਪਿੰਗ ਕਰਨ ਚਲੇ ਗਏ। ਉਹਨਾਂ ਦੇ ਨਾਲ ਰਹੋ, ਉਹਨਾਂ ਦੇ ਨਾਲ ਉਹਨਾਂ ਨੂੰ ਹੈਲਪ ਕਰੋ, ਉਹਨਾਂ ਨਾਲ ਪਾਰਟੀਸੀਪੇਟ ਕਰੋ, ਉਹਨਾਂ ਨਾਲ ਟਾਈਮ ਸਪੈਂਡ ਕਰੋ। ਗੁਰਦੁਆਰੇ ਜਿਹੜੇ ਗੁਰੂ ਘਰ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਇਹ ਥੋੜ੍ਹਾ ਜਿਹਾ ਉਪਰਾਲਾ ਲੈਣ ਕਮੇਟੀਆਂ 'ਚ ਕਿ ਸਪੋਰਟਸ ਦਾ ਸ਼ੁਰੂ ਕਰਨ, ਕਿ ਜੇ ਉਹ ਸ਼ੁਰੂ ਕਰਨਗੇ ਤਾਂ ਨਾਲ ਜਿਹੜੀ ਸੰਗਤ ਹੈ ਉਹਦਾ ਸਹਿਯੋਗ ਹੋਏਗਾ। ਅਤੇ ਤਾਰੀ ਭਾਅ ਜੀ, ਇੱਕ ਫਾਈਨਲ ਕੁਐਸਚਨ ਤੁਹਾਡੇ ਲਈ, ਹੁਣ ਤੁਹਾਡਾ ਹੋਕੀ 'ਚ ਰੋਲ ਕੀ ਆ ਐੱਫ ਆਈ ਐੱਚ ਲੈਵਲ 'ਤੇ, ਕੇਨੀਆ ਦੇ ਲੈਵਲ 'ਤੇ, ਤੁਸੀਂ ਹੁਣ ਹੋਕੀ 'ਚ ਐਕਟਿਵਲੀ ਕੀ ਕਰ ਰਹੇ ਹੋ? ਹਾਂਜੀ, ਦੇਖੋ ਮੈਂ ਕਾਫੀ ਐੱਫ ਆਈ ਐੱਚ 'ਚ ਕਾਫੀ ਕੰਮ ਕੀਤਾ। ਮੈਂ ਉਹਨਾਂ ਵਾਸਤੇ ਸੈਮੀਨਾਰ ਕੰਡਕਟ ਕੀਤੇ, ਕੋਚਿੰਗ ਦੇ, ਅੰਪਾਇਰਿੰਗ ਦੇ, ਗਾਨਾ ਸ਼ੀਸ਼ਲ ਡਿਫਰੈਂਟ ਜਗ੍ਹਾ 'ਤੇ ਵਰਲਡ ਦੇ ਵਿੱਚ। ਐਂਡ ਉਹਨਾਂ ਦੇ ਮਤਲਬ ਉਹਨਾਂ ਦਾ ਜਿਹੜਾ ਸਿਸਟਮ ਸੀਗਾ, ਜਿਹੜੀ ਪ੍ਰਮੋਸ਼ਨ ਡਿਵੈਲਪਮੈਂਟ ਕਰਨੀ ਹੈ, ਉਹਨਾਂ 'ਚ ਕਾਫੀ ਮਦਦ ਕੀਤੀ। ਪਰ ਹੁਣ ਐਟ ਦ ਮੂਮੈਂਟ ਕਿਉਂ ਟਾਈਮ ਦਾ ਕਾਫੀ ਪ੍ਰੋਬਲਮ ਹੈ, ਕਿਉਂ ਮੈਂ ਜ਼ਰਾ ਬਿਜ਼ੀ ਹੋ ਗਿਆ ਰਿਲੀਜੀਅਸ ਸਾਈਡ ਵੱਲ। ਅਸੀਂ ਸੇਵਾ ਕਰਾ ਰਹੇ ਹਾਂ ਰੀਟਾ ਸਾਹਿਬ, ਸੋ ਆਈ ਹੈਵ ਟੂ ਬੀ ਵਿਦ ਮਾਈ ਵਾਈਫ, ਤੋ ਸਾਨੂੰ ਸਾਲ 'ਚ 2-3 ਦਫ਼ਾ ਇੰਡੀਆ ਜਾਣਾ ਪੈਂਦਾ। ਸੋ ਇਹ ਬੜੀ ਚੰਗੀ ਗੱਲ ਹੈ, ਨਹੀਂ ਤਾਂ ਘਰ ਵਾਲੀਆਂ ਕੰਪਲੇਨ ਕਰਦੀਆਂ ਰਹਿੰਦੀਆਂ ਕਿ ਘਰ ਵਾਲੇ ਟਾਈਮ ਨਹੀਂ ਨਾਲ ਸਪੈਂਡ ਕਰਦੇ, ਅਤੇ ਤੁਸੀਂ ਤਾਂ ਹੁਣ ਗੁਰੂ ਘਰ ਦੀ ਵੀ ਸੇਵਾ ਕਰ ਰਹੇ ਅਤੇ ਨਾਲ ਘਰ ਵਾਲੀ ਦੀ ਵੀ ਸੇਵਾ ਕਰ ਰਹੇ, ਤਾਂ ਬਹੁਤ ਅੱਛੀ ਗੱਲ ਹੈ। ਪਰ ਨਾਲ ਘਰ ਵਾਲੀ ਉਹਨਾਂ ਨੇ ਕਾਫੀ, ਆਈ ਮਸਟ ਥੈਂਕ ਹਰ, ਉਹਨਾਂ ਨੇ ਮੇਰੇ ਟਾਈਮ 'ਤੇ ਸ਼ੀ ਆਲਸੋ ਇਨਕਰੇਜ ਮੀ ਆ ਲੋਟ, ਹੈਲਪ ਮੀ, ਅਸਿਸਟਿਡ ਮੀ ਜਾਂ ਗਾਈਡਿਡ ਮੀ। ਨੈਚੁਰਲੀ ਇਟ ਇਜ਼ ਮਾਈ ਬੌਂਡ ਡਿਊਟੀ ਟੂ ਆਲਸੋ ਟੇਕ ਕੇਅਰ ਆਫ ਹਰ। ਚਲੋ ਠੀਕ ਹੈ, ਅੱਛੀ ਗੱਲ ਹੈ, ਇੱਦਾਂ ਹੀ ਤੁਹਾਡਾ ਪਿਆਰ ਬਣਿਆ ਰਹੇ ਘਰ ਵਿੱਚ ਅਤੇ ਬਾਹਰ ਵਿੱਚ। ਹਾਂਜੀ, ਬਾਕੀ ਜਿਹੜਾ ਮੈਂ ਆਈ ਐਮ ਕੋਚਿੰਗ ਨਾਓ ਯੂਥ ਸਮ ਸਕੂਲਸ, ਆਈ ਐਮ ਕੋਚਿੰਗ ਐਂਡ ਆਈ ਟਰਾਈ ਟੂ ਟੀਚ ਦੈਮ ਬੇਸਿਕਸ ਇਨ ਇਨ ਦਾ ਸਕੂਲਸ। ਆਈ ਐਮ ਪ੍ਰਾਊਡ ਦੈਟ ਆਈ ਪ੍ਰੋਡਿਊਸ ਸਮ ਵੈਰੀ ਗੁੱਡ ਹੋਕੀ ਪਲੇਅਰਸ ਹੂ ਆਰ ਪਲੇਇੰਗ ਫੋਰ ਲੀਗ ਟੀਮਸ। ਤਾਂ ਦੈਟ ਇਜ਼ ਮੈਂ ਕਿਹਾ ਸੀ, ਜੋ ਅਸੀਂ ਲਰਨ ਕੀਤਾ ਵੀ ਪਾਸ ਇਟ ਔਨ ਟੂ ਯੰਗਸਟਰਸ ਯੂਥ। ਐਂਡ ਆਈ ਲਾਈਕ ਟੂ ਕਮੈਂਟ ਵਾਂਟ ਟੂ ਸੇ ਸਮਥਿੰਗ ਅਬਾਊਟ, ਜਿੱਦਾਂ ਤੁਸੀਂ ਹੁਣ ਕਿਹਾ ਕਿ ਮੈਂਸ਼ਨ ਕਿ ਗੁਰਦੁਆਰਾ ਸਾਹਿਬ ਇੰਟਰਸਟ ਲੈਂਡ ਸਪੋਰਟਸ ਦੇ ਵਿੱਚ। ਦੇਖੋ, ਫਸਟ ਸੇਇੰਗ ਇਜ਼ ਫਸਟ ਵੈਲਥ ਇਜ਼ ਹੈਲਥ। ਹਾਂਜੀ ਹਾਂਜੀ, ਫਸਟ ਵੈਲਥ ਇਜ਼ ਹੈਲਥ। ਦੇਖੋ, ਤੁਸੀਂ ਥੋੜ੍ਹੀ ਵੀ ਟ੍ਰੇਨਿੰਗ ਕਰੋ, ਜਿੰਨੀ ਵੀ ਟ੍ਰੇਨਿੰਗ ਕਰੋ, ਇਟਸ ਨੋਟ ਕਿ ਹੋਕੀ ਵਾਸਤੇ ਕਰਨੀ ਹੈ, ਤੁਸੀਂ ਆਪਣੇ ਆਪਣੀ ਬੋਡੀ ਵਾਸਤੇ ਵੀ ਕਰਨੀ ਹੈ, ਆਪਣੀ ਫੈਮਲੀ ਵਾਸਤੇ ਕਰਨੀ, ਅਪਬ੍ਰਿੰਗਿੰਗ ਵਾਸਤੇ ਆਪਣੇ ਬੱਚਿਆਂ ਨੂੰ ਤੁਸੀਂ ਟ੍ਰੇਨ ਕਰੋ, ਉਹਨਾਂ ਨੂੰ ਇੱਦਾਂ ਦਾ ਹੈਬਿਟ ਕਰੋ ਕਿ ਉਹ ਮਤਲਬ ਆਪਣੀ ਹੈਲਥ ਨੂੰ ਟੇਕ ਕਰੇ। ਹਾਂਜੀ, ਅਪਬ੍ਰਿੰਗਿੰਗ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਵੀ ਸ਼ੁੱਡ ਮੇਕ ਸਿੱਖ ਕਮਿਊਨਿਟੀ ਏ ਵੈਰੀ ਹੈਲਦੀ ਐਂਡ ਸਟਰੋਂਗ ਕਮਿਊਨਿਟੀ। ਉਹ ਕਿੱਦਾਂ ਕਰ ਸਕਦੇ ਹੈ ਬੱਚਿਆਂ ਤੋਂ, ਵੀ ਕੈਨ ਸਟਾਰਟ ਓਨਲੀ ਫਰੋਮ ਦਾ ਯੂਥ। ਸੋ ਬੜਾ ਅੱਛਾ ਮੈਸੇਜ ਤਾਰੀ ਹੋਣਾ ਭਾਅ ਜੀ ਕੋਲੋਂ, ਕਿ ਇੱਕ ਇਨਸਾਨ ਜੋ ਆਪਦੀ 70s ਦੀ ਉਮਰ ਵਿੱਚ ਹੈਗੇ ਨੇ, ਇੰਨਾ ਕੁਛ ਉਹਨਾਂ ਨੇ ਹੋਕੀ 'ਚ ਹਾਸਲ ਕੀਤਾ, ਓਲੰਪਿਕਾਂ 4 ਖੇਡੀਆਂ ਨੇ, ਕੋਈ ਅਵਾਰਡ ਛੱਡਿਆ ਨਹੀਂ ਇਹਨਾਂ ਨੇ, ਅਤੇ ਹਾਲੇ ਵੀ ਹੋਕੀ ਨੂੰ ਗਰਾਸ ਰੂਟ ਲੈਵਲਸ 'ਤੇ ਨਿਆਣਿਆਂ ਨੂੰ, ਕਾਲਿਆਂ ਨੂੰ, ਲੋਕਲ ਜਿਹੜੇ ਨੈਸ਼ਨਲਸ ਕੇਨੀਆ ਦੇ, ਉਹਨਾਂ ਨੂੰ ਸਕੂਲਾਂ 'ਚ ਦੂਰ ਦੂਰ ਜਾ ਕੇ ਹੋਕੀ ਸਿਖਾ ਰਹੇ ਨੇ। ਇਹ ਬਹੁਤ ਇੱਕ ਦੇਣ ਹੈ ਇਹਨਾਂ ਦੀ ਹੋਕੀ ਦੀ, ਅਤੇ ਬਹੁਤ ਇੱਥੇ ਹੋਰ ਪਲੇਅਰ ਹੈਗੇ ਨੇ ਜਿਹੜੇ ਹੋਕੀ ਖੇਡ ਕੇ ਚਲੇ ਗਏ ਨੇ, ਅਤੇ ਉਹਨਾਂ ਨੇ ਬਸ ਮੁੜ ਕੇ ਦੇਖਿਆ ਹੀ ਨਹੀਂ ਕਿ ਜਿਹੜੀ ਚੀਜ਼ ਨੇ ਉਹਨਾਂ ਨੂੰ ਇੰਨੀ ਅੱਛੀ ਸਿਹਤ ਦਿੱਤੀ, ਇੰਨਾ ਫੇਮ ਦਿੱਤਾ, ਕਿ ਉਹ ਜਿਹੜੀ ਸਪੋਰਟ ਹੈ ਉਹ ਕਿਸ ਹਾਲਤ ਵਿੱਚ ਹੈ। ਅੱਜ ਹੋਕੀ ਨੂੰ ਲੋੜ ਹੈ ਤੁਹਾਡੀ, ਜਿਹੜੇ ਪੁਰਾਣੇ ਪਲੇਅਰ ਨੇ, ਪੇਰੈਂਟਸ ਨੇ, ਗੁਰੂ ਘਰ ਨੇ, ਕਿ ਥੋੜ੍ਹਾ ਜਿਹਾ ਹੋਕੀ ਦੇ ਵਿੱਚ ਥੋੜ੍ਹਾ ਜਿਹਾ ਆਪਦਾ ਟਾਈਮ ਕੱਢ ਕੇ ਇਹਦੇ 'ਚ ਸਾਨੂੰ ਹੈਲਪ ਕਰੋ, ਕਿ ਅੱਗੇ ਵਾਸਤੇ ਵੀ ਸਾਡੇ ਸਿੱਖ ਨੌਜਵਾਨ ਓਲੰਪਿਕਾਂ ਖੇਡਦੇ ਰਹਿਣ, ਵਰਲਡ ਕੱਪਾਂ ਖੇਡਦੇ ਰਹਿਣ, ਅਤੇ ਬਦਾਮਾਂ ਵਾਲਾ ਦੁੱਧ ਪੀਂਦੇ ਰਹਿਣ। ਸੋ ਇਹ ਮੈਸੇਜ ਹੈ। ਇਨ ਦੀ ਐਂਡ ਆਈ ਵੁੱਡ ਲਾਈਕ ਟੂ ਸਮਰਾਈਜ਼ ਐਂਡ ਥੈਂਕ ਯੂ ਸੰਗਤ ਟੀਵੀ ਦਾ, ਜਿਹੜਾ ਇਹਨਾਂ ਨੇ ਸਾਨੂੰ ਮੌਕਾ ਦਿੱਤਾ, ਇੰਨੀਆਂ ਇੰਪੋਰਟੈਂਟ ਹਸਤੀਆਂ ਤੁਹਾਡੇ ਨਾਲ, ਇਹਨਾਂ ਦੇ ਜਿਹੜੇ ਪਰਸਨਲ ਐਕਸਪੀਰੀਅੰਸਿਸ ਤੁਹਾਡੇ ਨਾਲ ਇਹਨਾਂ ਨੇ ਸ਼ੇਅਰ ਕੀਤੇ ਨੇ। ਜੀ ਤਾਂ ਦਿਲ ਤਾਂ ਕਰਦਾ ਕਿ ਗੱਲਾਂ ਅਸੀਂ ਕਰੀ ਜਾਈਏ, ਪਰ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਸੋ ਹੁਣ ਸਾਡੀ ਆਖਿਰ ਵਿੱਚ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।